ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੱਜ ਜਿਸ ਹਲਕੇ ਦੇ ਵੇ ਅੱਜ ਜਿਸ ਹਲਕੇ ਦੇ ਜਿਸ ਪਿੰਡ ਦੇ ਵਿੱਚ ਜਿਸ ਸਰਪੰਚ ਦੇ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਪਹਿਲਾਂ ਉਸ ਸਰਪੰਚ ਦੇ ਲਈ ਸਿਟੀ ਲਾਈਵ ਚੈਨਲ ਵੱਲੋਂ ਦੋ ਸ਼ਬਦ ਜਦੋਂ ਇਹ ਸ਼ਬਦਾਂ ਦੀ ਗੱਲ ਆਉਣੀ ਹੈ ਤਾਂ ਸਾਡੇ ਦਰਸ਼ਕਾਂ ਨੇ ਸਮਝ ਜਾਣਾ ਆ ਕਿ ਇਹ ਲਾਈਨਾਂ ਕਿਉਂ ਕਹੀਆਂ ਗਈਆਂ ਕਿਉਂਕਿ ਅੱਗੇ ਅੱਗੇ ਜਦੋਂ ਤੁਸੀਂ ਸਰਪੰਚ ਸਾਹਿਬ ਦੇ ਨਾਲ ਉਹਨਾਂ ਦੀ ਵਾਰਤਾਲਾਪ ਸੁਣੋਗੇ ਤਾਂ ਤੁਹਾਨੂੰ ਬਹੁਤ ਕੁਝ ਪਤਾ ਲੱਗੇਗਾ ਕਿ ਹੌਸਲੇ ਕੀ ਹੁੰਦੇ ਨੇ। ਕਹਿੰਦੇ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ, ਹੌਸਲਾ ਬਣਾ ਕੇ ਤੁਸੀਂ ਬੰਬ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਇਹਨਾਂ ਲਾਈਨਾਂ ਦੇ ਉੱਤੇ ਖਰੇ ਉੱਤਰਦੇ ਨੇ ਹਲਕਾ ਗਿੱਲ ਦੇ ਪਿੰਡ ਗਿੱਲ ਦੇ ਮੌਜੂਦਾ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਮਿੱਕਾ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਮਿੱਕਾ ਦੇ ਨਾਲ ਕਿ ਹੌਸਲੇ ਬੁਲੰਦ ਅਤੇ ਜਾਰੀ ਜੰਗ, ਇਹ ਹਲਕਾ ਗਿੱਲ ਦੇ ਪਿੰਡ ਦੇ ਵਿੱਚ ਇਹ ਲਾਈਨਾਂ ਕਿਸ ਤਰ੍ਹਾਂ ਟੁੱਕਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਮਿੱਕਾ ਜੀ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲ ਕਰੀਏ, ਆਪਾਂ ਫਤਿਹ ਦੀ ਸਾਂਝ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਿੱਕਾ ਜੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ, ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਹਰਪ੍ਰੀਤ ਸਿੰਘ ਮਿੱਕਾ ਨਾਮ ਦੇ ਸੰਬੰਧ ਦੇ ਵਿੱਚ। ਪਿੰਡ ਦੇ ਵਿੱਚ ਵਿਚਰੀ ਸਿਟੀ ਲਾਈਵ ਦੀ ਟੀਮ, ਬਹੁਤ ਕੁਝ ਸਾਬਕਾ ਸਰਪੰਚਾਂ ਬਾਰੇ ਵੀ ਪਤਾ ਲੱਗਿਆ ਅਤੇ ਬਹੁਤ ਕੁਝ ਲੋਕਾਂ ਨੇ ਤੁਹਾਡੇ ਬਾਰੇ ਵੀ ਜਾਣਕਾਰੀ ਦਿੱਤੀ, ਪਰ ਲੋਕਾਂ ਨੇ ਜਦੋਂ ਮਿੱਕੇ ਦਾ ਨਾਮ ਆਉਂਦਾ ਤਾਂ ਇਹ ਕਹਿੰਦੇ ਨੇ ਵੀ ਸਾਡੇ ਪਿੰਡ ਨੂੰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਮਿੱਕੇ ਵਰਗੇ ਸਰਪੰਚ ਚਾਹੀਦੇ ਨੇ। ਕੀ ਕਾਰਨ ਹੈ, ਕਿਉਂ ਲੋਕ ਇਸ ਤਰ੍ਹਾਂ ਕਹਿੰਦੇ ਨੇ, ਤੁਸੀਂ ਜ਼ਿਆਦਾ ਫੇਸਬੁੱਕ 'ਤੇ ਅਪਡੇਟ ਰਹਿੰਦੇ ਉਹਦੇ ਕਰਕੇ, ਜਾਂ ਤੁਸੀਂ ਸੱਚ ਵਿੱਚ ਹੀ ਪਿੰਡ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਹੋਇਆ? ਦੇਖੋ ਜੀ, ਪਹਿਲਾਂ ਤਾਂ ਧੰਨਵਾਦ ਮੇਰੇ ਪਿੰਡ ਵਾਸੀਆਂ ਦਾ ਅਤੇ ਹੋਰ ਮੇਰੇ ਯਾਰਾਂ ਦੋਸਤਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ, ਜਿਨ੍ਹਾਂ ਨੇ ਮੇਰੇ ਪ੍ਰਤੀ ਇਹ ਸੋਚ ਪ੍ਰਗਟ ਕੀਤੀ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਇਹ ਨੌਜਵਾਨਾਂ ਦੇ ਲਈ ਕੋਈ ਆਪਣਾ ਅਗਾਂਹ ਵਾਧੂ ਬਣਿਆ ਵਾਂ, ਉਹਨਾਂ ਨੂੰ ਕੁਛ ਦਿਖਾਉਣ ਦੇ ਲਈ ਮੈਂ ਐਜ਼ ਏ ਸਰਪੰਚ ਕੰਮ ਕੀਤੇ ਨੇ। ਅਤੇ ਜਿਹੜੇ ਇਹ ਮੇਰੇ ਪਿੰਡ ਦੇ ਲੋਕ ਜਾਂ ਮੇਰੇ ਯਾਰ ਦੋਸਤ ਮੇਰੇ ਬਾਰੇ ਇਹ ਸੋਚਦੇ ਨੇ, ਮੈਂ ਉਹਨਾਂ ਦੀਆਂ ਉਮੀਦਾਂ 'ਤੇ ਤਾਂ ਹੀ ਖਰਾ ਉਤਰਿਆ ਕਿਉਂਕਿ ਮੈਨੂੰ ਉਹਨਾਂ ਦਾ ਸਾਥ ਪ੍ਰਾਪਤ ਹੋਇਆ ਇਹ ਕੰਮਾਂ ਲਈ। ਮੈਂ ਇਕੱਲਾ ਕੁਛ ਵੀ ਨਹੀਂ ਹੈਗਾ, ਜੇ ਮੈਂ ਅੱਜ ਸੋਚਾਂ ਕਿ ਮੈਂ ਇਕੱਲਾ ਕੰਮ ਕਰ ਲੂੰ, ਇੱਕ ਟੀਮ ਵਰਕ ਹੁੰਦਾ। ਅਤੇ ਧੰਨਵਾਦ ਆ ਮੇਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਦੀ ਮੇਰੇ ਬਾਰੇ ਬਹੁਤ ਵਧੀਆ ਸਹੀ ਸੋਚ ਆ, ਕਿਉਂਕਿ ਉਹਨਾਂ ਨੇ ਪਹਿਲਾਂ ਸਰਪੰਚਾਂ ਵਾਲਾ ਕਾਰਜਕਾਲ ਵੀ ਦੇਖਿਆ, ਹੁਣ ਵਾਲਾ ਵੀ ਦੇਖਿਆ, ਅਤੇ ਜੋ ਅਸੀਂ ਵਿਕਾਸ ਦੇ ਕੰਮ ਕੀਤੇ ਨੇ, ਜਿਹੜੇ ਨਹੀਂ ਸੀ ਕਹੇ ਉਹ ਵੀ ਕੀਤੇ ਨੇ। ਅਸੀਂ ਯੂਥ ਦੇ ਲਈ ਕਾਫੀ ਕੁਛ ਕਰ ਰਹੇ ਹਾਂ, ਅਸੀਂ ਨੌਜਵਾਨ ਬਜ਼ੁਰਗਾਂ ਲਈ, ਬੀਬੀਆਂ ਲਈ, ਭੈਣਾਂ ਲਈ, ਸਾਰਾ ਕੁਛ ਟੋਟਲੀ ਸਾਰੇ ਪਿੰਡ ਵਾਸੀਆਂ ਲਈ ਇੱਕੋ ਜਿਹਾ ਅਸੀਂ ਦੇਖਦੇ ਹਾਂ। ਕੋਈ ਸਾਡੇ ਕੋਲ ਅੱਜ ਤੱਕ ਜੇ ਜਿਸ ਤਰ੍ਹਾਂ ਪਿੰਡਾਂ ਵਿੱਚ ਪਾਰਟੀਬਾਜ਼ੀ ਹੈ, ਕੋਈ ਉਹਨਾਂ ਦਾ ਵਿਅਕਤੀ ਵੀ ਸਾਡੇ ਕੋਲ ਕੋਈ ਕੰਮ ਆ ਗਿਆ ਤਾਂ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ, ਕਿਉਂਕਿ ਜਦੋਂ ਤੁਸੀਂ ਇਸ ਅਹੁਦੇ 'ਤੇ ਤੁਹਾਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਬੈਠਦੇ ਹੋ ਤਾਂ ਤੁਹਾਡੇ ਲਈ ਸਭ ਬਰਾਬਰ ਹੋ ਜਾਂਦੇ ਨੇ। ਸੋ ਧੰਨਵਾਦ ਆ ਇਹਨਾਂ ਦਾ, ਜਿਹੜੇ ਮੇਰੇ ਪ੍ਰਤੀ ਇਹਨਾਂ ਦੀ ਸੋਚ ਆ ਜਿਹੜੀ ਉਹ ਬਹੁਤ ਸਹੀ ਸੋਚ ਆ। ਤੁਹਾਡੇ ਪਿੰਡ ਵਾਲਿਆਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਇੱਕ ਜਾਣਕਾਰੀ ਹੋਰ ਦਿੱਤੀ ਕਿ ਤੁਹਾਡੀ ਆਪਣੀ ਸਰਕਾਰ, ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਤੁਸੀਂ ਕਾਂਗਰਸੀ ਸਰਪੰਚ ਹੋ, ਅਤੇ ਲੋਕਾਂ ਦਾ ਇਹ ਵੀ ਕਹਿਣਾ ਕਿ ਤੁਹਾਡੀ ਆਪਣੀ ਸਰਕਾਰ ਦੇ ਸਮੇਂ ਜਦੋਂ ਤੁਸੀਂ ਸਰਪੰਚ ਬਣੇ ਤਾਂ ਤੁਹਾਨੂੰ ਕੁਝ ਦਿਨਾਂ ਲਈ ਸਸਪੈਂਡ ਵੀ ਕਰ ਦਿੱਤਾ ਸੀ, ਪਰ ਹੌਸਲੇ ਬੁਲੰਦ ਸੀ ਅਤੇ ਜੰਗ ਜਾਰੀ ਸੀ ਜਿਸ ਦੇ ਕਾਰਨ ਤੁਸੀਂ ਬਹਾਲ ਹੋ ਗਏ। ਜਿਹੜਾ ਸਾਡੇ ਦਰਸ਼ਕਾਂ ਨਾਲ ਚਾਨਣਾ ਪਾਉਂਗੇ ਉਸ ਸਮੇਂ ਦੀ ਗੱਲ ਜਦੋਂ ਤੁਹਾਨੂੰ ਸਸਪੈਂਡ ਕੀਤਾ ਗਿਆ ਸੀ? ਦੇਖੋ ਜੀ, ਜਦੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਜਿਹੜੇ ਤੁਹਾਡੇ ਉਹ ਹਾਰੇ ਹੋਏ ਕੈਂਡੀਡੇਟ ਹੁੰਦੇ ਨੇ ਜਾਂ ਤੁਹਾਡੇ ਹੋਰ ਪਿੰਡ ਪੱਧਰ 'ਤੇ ਕੋਈ ਦੁਸ਼ਮਣ ਹੁੰਦੇ ਨੇ ਜਾਂ ਬਾਹਰ ਦੁਸ਼ਮਣ ਹੁੰਦੇ ਨੇ, ਉਹ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ। ਕਾਂਗਰਸ ਦੀ ਸਰਕਾਰ ਸੀਗੀ, ਅਸੀਂ ਜ਼ਰੂਰ ਕਾਂਗਰਸ ਦੇ ਵਿੱਚ ਵਿਚਰਦੇ ਸੀ, ਪਰ ਮੈਂ ਕਾਂਗਰਸ ਦੀ ਮੈਂਬਰਸ਼ਿਪ ਨਹੀਂ ਹਾਸਲ ਕੀਤੀ ਅਜੇ ਤੱਕ। ਮੇਰੇ 'ਤੇ ਇਹੀ ਲੱਗਦਾ ਰਿਹਾ ਕਿਉਂਕਿ ਮੈਂ MLA ਸਾਹਿਬ ਨਾਲ ਜ਼ਿਆਦਾ ਵਿਚਰਦਾ ਸੀਗਾ, ਇਸ ਕਰਕੇ ਮੈਨੂੰ ਕਾਂਗਰਸੀ ਸਰਪੰਚ ਕਹਿੰਦੇ ਨੇ। ਅਤੇ ਅਜੇ ਤੱਕ ਮੇਰੇ ਕੋਲ ਕਿਸੇ ਵੀ ਪਾਰਟੀ ਦੀ ਮੈਂਬਰਸ਼ਿਪ ਨਹੀਂ ਹੈਗੀ ਲੀਗਲੀ। ਅਤੇ ਦੂਸਰੀ ਗੱਲ ਕਿ ਜਿਹੜਾ ਮੇਰਾ ਸਸਪੈਂਡ ਵਾਲਾ ਪੀਰੀਅਡ ਸੀਗਾ, ਉਹਨਾਂ ਲੋਕਾਂ ਨੇ ਜਿਹੜੇ ਕਿ ਮੇਰਾ ਪੁਰਾਣਾ ਅਤੀਤ ਬੀਤ ਚੁੱਕਿਆ ਸੀਗਾ, ਜਿਹਨੂੰ ਮੈਂ ਛੱਡ ਚੁੱਕਿਆ ਸੀਗਾ, ਮੇਰੇ 'ਤੇ ਮੁਕੱਦਮੇ ਸੀਗੇ ਕਿਸੇ ਸਮੇਂ, ਕੋਈ ਸਾਡਾ ਮਾੜਾ ਸਮਾਂ ਸੀ, ਕੋਈ ਇੱਜ਼ਤਾਂ ਵਾਲੇ ਮੁਕੱਦਮੇ ਸੀਗੇ, ਇਹ ਨਹੀਂ ਸੀ ਕੋਈ ਲੁੱਟਾਂ ਖੋਹਾਂ ਵਾਲੇ ਮੁਕੱਦਮੇ ਸੀ, ਕੋਈ ਇੱਜ਼ਤਾਂ ਪਿੱਛੇ ਕਤਲ ਹੋਏ ਸੀਗੇ, ਉਹਨਾਂ ਮੁਕੱਦਮਿਆਂ ਦਾ ਵੇਰਵਾ ਦੇ ਕੇ ਮੈਨੂੰ ਸਸਪੈਂਡ ਕਰਾਇਆ ਗਿਆ। ਪਰ ਮੇਰੇ ਲੋਕਾਂ ਨੇ ਮੇਰਾ ਸਾਥ ਦਿੱਤਾ, ਮੇਰੇ ਯਾਰਾਂ ਦੋਸਤਾਂ ਨੇ ਮੇਰੀ ਮਦਦ ਕੀਤੀ, ਅਤੇ ਮੈਂ ਸੱਚਾ ਸੀਗਾ, ਇਸ ਕਰਕੇ ਮੈਂ ਦੁਬਾਰਾ ਬਹਾਲ ਹੋ ਕੇ ਆਇਆ ਵਾਂ। ਅਤੇ ਪਰ ਇਹ ਇਹਨਾਂ ਦੀ ਮਾੜੀ ਗੱਲ ਸੀ ਕਿ ਮੇਰਾ ਅਤੀਤ ਛੇੜਦੇ ਨੇ, ਜਿਹੜੀਆਂ ਚੀਜ਼ਾਂ ਇਹ ਖਤਮ ਹੋ ਚੁੱਕੀਆਂ ਨੇ, ਜਿਹਨਾਂ ਨੂੰ ਅਸੀਂ ਵਿਸਾਰ ਚੁੱਕੇ ਹਾਂ, ਗੈਂਗਸਟਰਵਾਦ ਵਾਲੀ ਜ਼ਿੰਦਗੀ ਆ ਜਿਹੜੀ ਸਾਡੀ, ਅਸੀਂ ਉਹਨੂੰ ਖਤਮ ਕਰ ਚੁੱਕੇ ਹਾਂ, ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ, ਅਸੀਂ ਵੋਟਾਂ ਨਾਲ ਜਿੱਤੇ ਹੋਏ ਹਾਂ, ਕੋਈ ਧੱਕੇ ਨਾਲ ਨਹੀਂ ਕਿ ਅਸੀਂ ਧੱਕੇ ਨਾਲ ਉਹਦਾ ਲੈ ਕੇ ਅਸੀਂ ਬੈਠੇ ਹਾਂ। ਅਤੇ ਉਹਨੂੰ ਵੀ ਉਹ ਚੈਲੰਜ ਕਰਦੇ ਨੇ, ਚਲੋ ਇਹ ਪੋਲੀਟੀਕਲੀ ਗੱਲਾਂ ਨੇ, ਇਹ ਪਾਰਟੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਲੋਕ ਤੁਹਾਨੂੰ ਕੋਈ ਵੀ ਨਹੀਂ ਚਾਹੁੰਦਾ, ਪਿੰਡ ਪੱਧਰ 'ਤੇ ਵੀ ਨਹੀਂ ਚਾਹੁੰਦਾ ਹੁੰਦਾ, ਅਤੇ ਪਾਰਟੀ ਪੱਧਰ 'ਤੇ ਵੀ ਨਹੀਂ ਚਾਹੁੰਦਾ ਹੁੰਦਾ ਕਿ ਤੁਹਾਡੇ 'ਚੋਂ ਕੋਈ ਅਗਾਂਹ ਵਧੇ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਹੈ ਗੈਂਗਸਟਰਵਾਦ ਦੀ,
ਤੇ ਗੱਲ ਹੋ ਰਹੀ ਸੀ ਤੁਹਾਡੇ ਪੁਰਾਣੇ ਮੁਕਦਮਿਆਂ ਦੀ ਤੇ ਜਦੋਂ ਪੰਜਾਬ ਦੀ ਧਰਤੀ ਤੇ ਗੱਲ ਆਉਂਦੀ ਹੈ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਕਈ ਇਹੋ ਜਿਹੇ ਮਿਸਾਲਾਂ ਨੇ ਜਿਸ ਦੇ ਵਿੱਚ ਆਪਾਂ ਗੱਲ ਕੀ ਕਿ ਗਰਮ ਖਿਆਲੀ ਲੋਕ ਬਿਲਕੁਲ ਹੀ ਸ਼ਾਂਤ ਖਿਆਲੀ ਹੋ ਗਏ ਤੇ ਤੁਹਾਡੀ ਜ਼ਬਾਨ ਦੇ ਉੱਤੇ ਅੱਜ ਸ਼ਬਦਾਂ ਦੇ ਵਿੱਚ ਇਹ ਗੈਂਗਸਟਰਵਾਦ ਜਿਹੜਾ ਹੈਗਾ ਇਹ ਕਿਉਂ ਆਇਆ? ਦੇਖੋ ਪੰਜਾਬ ਬਾਰਡਰ ਸਟੇਟ ਆ ਜੀ, ਅਤੇ ਸਾਨੂੰ ਬਾਰਡਰ ਸਟੇਟ ਦੇ ਨਾਲ ਜਿਹੜਾ ਪਾਕਿਸਤਾਨ ਆ, ਸਾਡਾ ਗੁਆਂਢੀ ਮੁਲਕ ਆ, ਉਹਦਾ ਇੱਕੋ ਇੱਕ ਏਮ ਆ, ਉਹਦਾ ਇੱਕੋ ਇੱਕ ਉਹਦਾ ਜਿਹੜਾ ਹੈਗਾ ਵਾ, ਜਿਹੜੀ ਉਹਦੀ ਦਿਲ ਦੀ ਤਮੰਨਾ ਵਾ ਕਿ ਅਸੀਂ ਕਿਸੇ ਤਰੀਕੇ ਇੰਡੀਆ ਦੇ ਉੱਤੇ ਕਬਜ਼ਾ ਕਰ ਲਈਏ। ਉਹ ਗੱਲ ਵੱਖਰੀ ਆ ਕਿ ਸਾਡੇ ਵਿੱਚੋਂ ਹੀ ਉਹਨੂੰ ਪਾੜ ਕੇ ਵੱਖਰਾ ਕੀਤਾ ਗਿਆ, ਸਾਡੇ ਪੰਜਾਬ ਦਾ ਟੋਟਾ ਕਰਕੇ ਉਹਨੂੰ ਵੱਖਰਾ ਕਰ ਦਿੱਤਾ ਗਿਆ, ਪਰ ਹੁਣ ਜਿਹੜੇ ਉੱਥੇ ਦੇ ਲੋਕ ਰਹਿੰਦੇ ਨੇ, ਕਮਿਊਨਿਟੀ ਆ, ਉੱਥੇ ਦੇ ਲੀਡਰ ਨੇ, ਉੱਥੇ ਦੀ ਸਰਕਾਰ ਆ, ਉੱਥੇ ਦੀ ISI ਆ ਖਾਸ ਕਰਕੇ ਇੰਟੈਲੀਜੈਂਸ ਏਜੰਸੀ, ਉਹ ਇਹੀ ਚਾਹੁੰਦੀ ਆ ਕਿ ਅਸੀਂ ਪੰਜਾਬ ਨੂੰ ਪਹਿਲਾਂ ਪੰਜਾਬ ਕੈਪਚਰ ਕਰੀਏ, ਉਸ ਤੋਂ ਬਾਅਦ ਇੰਡੀਆ ਐਟੋਮੈਟਿਕ ਕੈਪਚਰ ਹੋ ਜਾਣਾ, ਕਿਉਂਕਿ ਬਾਰਡਰ 'ਤੇ ਅੱਜ ਤੱਕ ਜਿੰਨੀ ਵਾਰ ਵੀ ਹੋਇਆ ਪੰਜਾਬ ਤੋਂ ਅੱਗੇ ਵੱਧ ਹੀ ਨਹੀਂ ਸਕੇ। ਅਤੇ ਸਮੇਂ ਦੇ ਹਿਸਾਬ ਨਾਲ ਕਦੇ ਇੱਥੇ ਸਾਡੇ ਖਾੜਕੂਵਾਦ ਅੱਤਵਾਦ ਆਇਆ, ਪਹਿਲਾਂ ਉਹ ਵੀ ਸਾਰੀ ਪਾਕਿਸਤਾਨ ਦੀ ISI ਉਪਜ ਸੀਗੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਦੇ ਆਪਦੇ ਮੂੰਹੋਂ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ, ਪਰੰਤੂ ਉਹਨਾਂ ਦੇ ਮੂੰਹ ਦੇ ਵਿੱਚ ਜਾਣ ਬੁੱਝ ਕੇ ਉਹ ਲਫ਼ਜ਼ ਪਾਇਆ ਜਾਂਦਾ ਸੀ ਖਾਲਿਸਤਾਨ ਖਾਲਿਸਤਾਨ, ਉਹਨਾਂ ਨੂੰ ਇੱਕ ਦਿਖਾਇਆ ਜਾਂਦਾ ਸੀਗਾ ਉਹ ਚੀਜ਼ਾਂ। ਅੱਗੇ ਲੋਕਾਂ ਨੂੰ ਹੁਣ ਜਿਹੜੇ 84 ਤੋਂ ਬਾਅਦ ਦੇ ਜਿਨ੍ਹਾਂ ਦੇ ਬਰਥ ਨੇ, 90 ਤੋਂ ਬਾਅਦ ਦੇ ਬਰਥ ਨੇ, ਅੱਜ ਉਹ ਵੀ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ, ਪਰ ਉਹ ਆਤੰਕਵਾਦ ਵਾਲਾ ਜਿਹੜਾ ਦੌਰ ਆ ਉਹ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਦੇ ਲਈ ਇੱਥੇ ਪੈਦਾ ਕੀਤਾ ਗਿਆ। ਇਸੇ ਤਰ੍ਹਾਂ ਉਸ ਤੋਂ ਬਾਅਦ ਹੁਣ ਇਹ ਚਿੱਟਾ ਆ ਗਿਆ ਜੀ, ਚਿੱਟੇ ਨੇ ਸਾਡਾ ਪੰਜਾਬ ਖਤਮ ਕਰਤਾ, ਨੌਜਵਾਨ ਖਤਮ ਕਰਤੇ, ਜਿਹੜੀ ਰਹਿੰਦੀ ਖੂੰਹਦੀ ਕਸਰ ਆ ਇਹ ਗੈਂਗਸਟਰਵਾਦ, ਇਹ ਗੈਂਗਸਟਰਵਾਦ ਜਿਹੜਾ ਲਫ਼ਜ਼ ਆ ਇਹ ਸਾਡੇ ਨੌਜਵਾਨਾਂ ਦੇ ਉੱਤੇ ਇੱਕ ਧੱਬੇ ਦੀ ਤਰ੍ਹਾਂ ਆ, ਜਿਹੜਾ ਕਿ ਉਹ ਮਿਟਾਉਂਦੇ ਮਿਟਾਉਂਦੇ ਖੁਦ ਆਪ ਮਿਟਦੇ ਜਾਂਦੇ ਨੇ। ਗੈਂਗਸਟਰਵਾਦ ਦੀ ਜਿਹੜੀ ਪੈਦਾ ਜਿੱਥੋਂ ਪੈਦਾਇਸ਼ ਹੈ ਨਾ, ਉਹ ਨਹੀਂ ਕਿਸੇ ਨੇ ਦੇਖਣੀ, ਕਿਸੇ ਆਫਿਸਰ ਨੇ ਨਹੀਂ ਦੇਖਣੀ, ਕਿਸੇ ਸਰਕਾਰ ਨੇ ਨਹੀਂ ਦੇਖਣੀ, ਬਸ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਉਸ ਟਾਈਮ ਉਹਨਾਂ ਨੌਜਵਾਨਾਂ ਨੂੰ ਗੈਂਗਸਟਰਵਾਦ ਦਾ ਨਾਮ ਦੇ ਕੇ ਉਹਨਾਂ ਦੇ ਮੁਕਾਬਲੇ ਹੋ ਜਾਂਦੇ ਨੇ। ਪਹਿਲਾਂ ਵੀ ਇਹੀ ਕੁਛ ਚੱਲਦਾ ਰਿਹਾ, ਵੱਡੀ ਗੱਲ ਕੀ ਵੀ ਪੰਜਾਬ ਦਾ ਨੌਜਵਾਨ ਆ ਕਿਸੇ ਨਾ ਕਿਸੇ ਤਰੀਕੇ ਖਤਮ ਹੋ ਰਿਹਾ, ਜਿਹੜਾ ਗੈਂਗਸਟਰਵਾਦ ਆ ਉਹ ਨੌਜਵਾਨਾਂ ਦੇ ਨਾਮ ਦੇ ਉੱਤੇ ਧੱਬਾ ਲੱਗ ਰਿਹਾ। ਤੁਸੀਂ ਸ਼ੁਰੂ ਦੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਹੈ ਪਾਕਿਸਤਾਨ ਦੀ, ਤੁਹਾਨੂੰ ਇੰਝ ਨਹੀਂ ਲੱਗਦਾ ਕਿ ਤੁਸੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਹਰ ਇੱਕ ਗੱਲ ਦੇ ਲਈ ਪਾਕਿਸਤਾਨ ਨੂੰ ਟਾਰਗੇਟ ਕਰਦੇ ਹੋ, ਜਦੋਂ ਕਿ ਪੰਜਾਬ ਦੇ ਵਿੱਚ ਬੱਚੇ ਬੱਚੇ ਨੂੰ ਪਤਾ ਹੈ ਕਿ ਭਾਰਤ ਜਿਹੜਾ ਲੀਜ਼ ਦੇ ਉੱਤੇ ਹੈ ਅਤੇ ਲੀਜ਼ ਦੇ ਦਿਨਾਂ ਨੂੰ ਖਤਮ ਹੋਣ ਦੇ ਲਈ ਕੁਝ ਸਾਲ ਰਹਿ ਗਏ ਨੇ, ਤੁਹਾਨੂੰ ਤੁਸੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤਰ੍ਹਾਂ ਹਰ ਹੈ ਨਾ ਕੋਈ ਇਹ ਲਗਾਓ ਵੀ ਕਹਿੰਦੇ ਜੇ ਪੰਜਾਬ ਦੇ ਵਿੱਚ ਕੁੱਤਾ ਵੀ ਮਰ ਗਿਆ ਤਾਂ ਉਹ ਪਾਕਿਸਤਾਨ ਨੇ ਮਾਰਤਾ? ਨਹੀਂ ਦੇਖੋ, ਜਦੋਂ ਪਾਕਿਸਤਾਨ ਦੀ ਜਿਹੜੀ ਏਜੰਸੀ ਆ ISI, ਉਹਦੇ ਸਿੱਧੇ ਸੰਬੰਧ ਤੁਸੀਂ ਕਿਤੇ ਸਾਡੇ ਬੰਬੇ ਬੰਬ ਧਮਾਕਾ ਹੋਵੇ ਉਹਦੇ ਨਾਲ ਜੁੜਦੇ ਨੇ, ਕਦੇ ਸਾਡੇ ਇੱਥੇ ਪਠਾਨਕੋਟ ਬੰਬ ਧਮਾਕਾ ਹੋਵੇ ਉਹਦੇ ਨਾਲ ਜੁੜਦੇ ਨੇ, ਸਾਡੇ ਲੇਟੈਸਟ ਲੁਧਿਆਣਾ ਇਹ ਬੰਬ ਧਮਾਕਾ ਹੋਇਆ ਉਹਦਾ ਵੀ ਕਿਤੇ ਨਾ ਕਿਤੇ ਸੰਬੰਧ ISI ਪਾਕਿਸਤਾਨ ਨਾਲ ਜੁੜਿਆ ਵਾ। ਅਤੇ ਇਹ ਤਾਂ ਕੋਈ ਦੋ ਗੱਲਾਂ ਕਹਿਣ ਵਾਲੀਆਂ ਗੱਲਾਂ ਨਹੀਂ, ਜੇ ਇਹ ਬੰਬ ਧਮਾਕੇ ISI ਨੇ ਨਹੀਂ ਕਰਵਾਏ ਤਾਂ ਫਿਰ ਉਹ ਪੰਜਾਬ ਦੇ ਕਿਸੇ ਬੰਦੇ ਨੇ ਕਰਵਾਏ ਹੋਣਗੇ, ਫਿਰ ਸਾਨੂੰ ਤੁਸੀਂ ਤੁਹਾਡੀ ਵੀ ਲਾਈਨ ਪੱਤਰਕਾਰੀ ਦੀ ਹੈ, ਤੁਸੀਂ ਦੱਸ ਦਿਓ, ਤੁਸੀਂ ਵੀ ਸੋਚ ਕੇ ਦੱਸੋ ਵੀ ਉਹ ਕੌਣ ਕਰਵਾ ਸਕਦਾ, ਕਿਉਂਕਿ ਸਾਡੀ ਦੁਸ਼ਮਣੀ ਹੈ ਨਹੀਂ ਕਿਸੇ ਨਾਲ, ਸਾਡੇ ਜਿਹੜੇ ਅਸੀਂ ਇੰਡੀਆ ਦੀ ਦੁਸ਼ਮਣੀ ਆ ਜਾਂ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ, ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਸਾਡੀ ਸ਼੍ਰੀਲੰਕਾ ਨਾਲ ਤਾਂ ਦੁਸ਼ਮਣੀ ਨਹੀਂ ਹੈਗੀ, ਸਾਡੀ ਅਮੈਰੀਕਾ ਨਾਲ ਦੁਸ਼ਮਣੀ ਨਹੀਂ ਹੈਗੀ, ਉਹ ਮੁਲਕ ਤਾਂ ਸਾਡੇ 'ਚ ਇੱਕ ਨਹੀਂ ਕਰਵਾ ਰਹੇ, ਜਦੋਂ ਜਿਹੜੀਆਂ ਜੰਗਾਂ ਵੀ ਹੋਈਆਂ ਨੇ ਸਾਡੀਆਂ ਜਾਂ ਚਾਈਨਾ ਨਾਲ ਹੋਈ ਹੈ ਜਾਂ ਪਾਕਿਸਤਾਨ ਨਾਲ ਹੋਈ ਆ, ਇਸ ਕਰਕੇ ਗੁਆਂਢੀ ਮੁਲਕ ਨੇ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਹੀਆਂ ਨੇ, ਜਿਹੜਾ ਚਿੱਟਾ ਵੀ ਆ ਉਹ ਵੀ ਸਾਰਾ ਪਾਕਿਸਤਾਨ ਤੋਂ ਹੀ ਆ ਰਿਹਾ ਵਾ, ਇਹ ਕੋਈ ਬੰਗਲਾਦੇਸ਼ ਨਹੀਂ ਭੇਜਦਾ ਪਾਕਿਸਤਾਨ ਚਿੱਟਾ ਸਾਨੂੰ ਇੱਥੇ, ਇਹ ਸਾਰਾ ਪਾਕਿਸਤਾਨ ਤੋਂ ਇੰਪੋਰਟ ਹੋ ਕੇ ਆ ਰਿਹਾ ਵਾ। ਨਹੀਂ ਪਰ ਇੱਕ ਗੱਲ ਹੋਰ ਵੀ ਨਾ, ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਪਾਕਿਸਤਾਨ ਨੂੰ ਵੀ ਆਜ਼ਾਦੀ ਮਿਲੀ ਸੀ, ਅਤੇ ਹੋ ਸਕਦਾ ਆ ਕਿ ਜਿਸ ਦੇਸ਼ ਨੇ, ਤੁਹਾਨੂੰ ਪਤਾ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ, ਕਿ ਜਿਸ ਦੇਸ਼ ਨੇ ਦੋਨਾਂ ਦੇਸ਼ਾਂ ਨੂੰ ਲੀਜ਼ ਦੇ ਉੱਤੇ ਛੱਡਿਆ ਸੀ, ਇਹਨਾਂ ਦੀ ਦੁਸ਼ਮਣੀ ਲਾਈਫ ਟਾਈਮ ਕਾਇਮ ਰਹੇ, ਇਹ ਸਾਜ਼ਿਸ਼ਾਂ ਉੱਥੋਂ ਹੋਣ? ਦੇਖੋ ਸਾਜ਼ਿਸ਼ਾਂ ਤਾਂ ਹੋਣਗੀਆਂ, ਪਰ ਜਦੋਂ ਆਪਾਂ ਨੂੰ ਇਹ ਕਲੀਅਰ ਕੱਟ ਪਤਾ ਵਾ ਕਿ ਅਸੀਂ ਇੰਡੀਆ 'ਚ ਵੱਸਦੇ ਹਾਂ, ਉਹ ਮੁਲਕ ਪਾਕਿਸਤਾਨ ਆ, ਇੱਕ ਵਿਚਾਲੇ ਬਾਰਡਰ ਆ, ਇੱਕ ਲਕੀਰ ਖਿੱਚੀ ਗਈ ਆ, ਜੇ ਅਸੀਂ ਉੱਧਰ ਜਾਈਏ ਤਾਂ ਸਾਡੇ 'ਤੇ ਮੁਕੱਦਮਾ ਹੋਊਗਾ, ਜੇ ਇਲੀਗਲੀ ਜਾਈਏ ਅਤੇ ਇੱਧਰ ਉਹਨਾਂ ਦਾ ਕੋਈ ਬੰਦਾ ਆਵੇ ਤਾਂ ਉਹਦੇ 'ਤੇ ਮੁਕੱਦਮਾ ਹੋਊਗਾ। ਅਤੇ ਜਿਹੜੀਆਂ ਸਾਡੀਆਂ ਜੰਗਾਂ ਹੋ ਚੁੱਕੀਆਂ ਨੇ ਉਹ ਵੀ ਉਹ ਉੱਥੇ ਸਾਡੀਆਂ ਆਪਸ 'ਚ ਹੋ ਚੁੱਕੀਆਂ ਨੇ, ਫਿਰ ਇਹਨਾਂ ਦੋਨਾਂ ਮੁਲਕਾਂ ਨੂੰ ਇਹ ਤਾਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ, ਕਿਉਂਕਿ ਅਸੀਂ ਪਾਕਿਸਤਾਨ ਸਾਡਾ ਤਾਂ ਕੋਈ ਆਉਂਦਾ ਹੀ ਨਹੀਂ, ਕੋਈ ਇਨਵੋਲਵਮੈਂਟ ਆਉਂਦੀ ਨਹੀਂ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਬੰਬ ਧਮਾਕਾ ਕਰਵਾਤਾ। ਸਾਡੀਆਂ ਵੀ ਏਜੰਸੀਆਂ ਨੇ, ਸਾਡੀ NIA ਆ, ਸਾਡੀ ਰਾਵ ਆ, ਸਾਡੀਆਂ ਕਿਹੜਾ ਏਜੰਸੀਆਂ ਨਹੀਂ ਹੈਗੀਆਂ, ਪਰ ਸਾਡੀ ਇਨਵੋਲਵਮੈਂਟ ਕਦੇ ਨਹੀਂ ਆਈ। ਹਾਂ ਉਹਨਾਂ ਮੁਲਕਾਂ, ਉਹ ਮੁਲਕ ਹਜੇ ਤੱਕ ਵੀ ਸਾਡੇ ਜਿਹੜੇ ਪੁਰਾਣੇ ਅੱਤਵਾਦ ਟਾਈਮ ਤੋਂ ਮੁੰਡੇ ਸੀਗੇ ਉਹਨਾਂ ਨੂੰ ਸਾਂਭੀ ਬੈਠੀ ਆ, ਹੁਣ ਨਵੇਂ ਮੁੰਡਿਆਂ ਨੂੰ ਵੀ ਉਹ ਉਤਸ਼ਾਹਿਤ ਕਰਦੀ ਆ, ਕਿਉਂਕਿ ਜੇ ਨਾਭਾ ਬ੍ਰੇਕਿੰਗ ਕਾਂਡ ਹੋਇਆ, ਜੇਲ੍ਹ ਬ੍ਰੇਕਿੰਗ ਕਾਂਡ, ਉਹਦਾ ਉੱਥੇ ਹਰਮਿੰਦਰ ਸਿੰਘ ਮਿੰਟੂ ਸੀਗਾ ਜਿਹੜਾ, ਅਤੇ ਕਸ਼ਮੀਰਾ ਸਿੰਘ, ਦੋ ਇੱਕ ਅੱਤਵਾਦੀ ਜਿਹੜੇ ਉੱਥੇ ਗੈਂਗਸਟਰਾਂ ਦੇ ਨਾਲ ਅੱਤਵਾਦੀ ਵੀ ਭੱਜੇ ਨੇ, ਜਿਹੜੇ ਕਿ ਸਰਕਾਰ ਜਿਹਨਾਂ ਨੂੰ ਅੱਤਵਾਦੀ ਕਹਿੰਦੀ ਆ, ਜਿਹੜੇ ਕਿ ਸਾਡੇ ਬੰਦੀ ਸਿੰਘ ਨੇ ਉਹ ਭੱਜੇ।
ਉਹਨਾਂ ਦਾ ਜਿਹੜਾ ਸੰਬੰਧ ਜੁੜਿਆ ਸੀ ਉਹ ਵੀ ਪਾਕਿਸਤਾਨ ਵਾਲੀ ਦੀ ਆਈਐਸਆਈ ਨਾਲ ਜੁੜਿਆ ਸੀ ਤਾਂ ਤਾਂ ਸਿੱਧੇ ਤੌਰ 'ਤੇ ਸਾਡਾ ਗਵਾਂਢੀ ਮੁਲਕ ਆ ਜੇ ਉਹਨੂੰ ਇੰਨਾ ਹੀ ਪਤਾ ਕਿ ਸਭ ਕੋਈ ਤੀਜਾ ਬੰਦਾ ਕਰਵਾ ਰਿਹਾ ਕਮ ਸੇ ਕਮ ਹਟ ਤਾਂ ਸਕਦਾ ਨਾ ਕਿ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਖਤਮ ਨਾ ਕਰੇ ਸਾਡੀ ਤਾਂ ਜਿਹੜੀ ਵੱਡੀ ਗੱਲ ਆ ਕਿ ਅਸੀਂ ਆਪਣੀ ਪੰਜਾਬ ਦੀ ਨੌਜਵਾਨੀ ਬਾਰੇ ਆਵਾਜ਼ ਉਠਾ ਰਹੇ ਹਾਂ ਅਸੀਂ ਕਿਹੜਾ ਦਿੱਲੀ 'ਤੇ ਰਾਜ ਕਰਨਾ ਔਰ ਸਾਡਾ ਤਾਂ ਪੰਜਾਬ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਬਚਿਆ ਰਹਿ ਜਾਵੇ ਮਿੱਕਾ ਜੀ ਤੁਹਾਡੇ ਨਾਲ ਗੱਲਬਾਤ ਆਪਾਂ ਕਰਨ ਆਏ ਸੀ ਹਲਕਾ ਗਿੱਲ ਦੇ ਪਿੰਡ ਗਿੱਲ ਦੇ ਵਿਕਾਸ ਕੰਮਾਂ ਦੇ ਸੰਬੰਧ ਵਿੱਚ ਪਰ ਅੱਜ ਦਰਸ਼ਕਾਂ ਦੇ ਰੂਬਰੂ ਹੋਏ ਹਾਂ ਅਤੇ ਜੋ ਗੱਲਾਂ ਤੁਸੀਂ ਅੱਜ ਬੋਲ ਰਹੇ ਹੋ ਬਹੁਤ ਘੱਟ ਸਰਪੰਚ ਭਾਈਚਾਰਾ ਆ ਜਿਹੜੇ ਆਪਣੇ ਹੌਸਲੇ ਨੂੰ ਬੁਲੰਦ ਰੱਖ ਕੇ ਦਰਸ਼ਕਾਂ ਦੇ ਰੂਬਰੂ ਹੋ ਕੇ ਇਹ ਗੱਲਾਂ ਬੋਲਦੇ ਨੇ ਕਿਉਂਕਿ ਜਦੋਂ ਵੀ ਇਹਨਾਂ ਵਿਚਾਰਾਂ ਦੇ ਉੱਤੇ ਸਾਂਝ ਪਾਈ ਜਾਂਦੀ ਹੈ ਜਾਂ ਆਪਸ ਦੇ ਵਿੱਚ ਵਾਰਤਾਲਾਪ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਵਿਰੋਧ ਬਹੁਤ ਹੁੰਦਾ ਹੈ ਅਤੇ ਹੁਣ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਅੱਤਵਾਦੀ ਸ਼ਬਦ ਦੀ ਅਤੇ ਅੱਤਵਾਦੀ ਇਹ ਸ਼ਬਦ ਜਿਹੜਾ ਬਾਹਰਲੇ ਤਾਂ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਹੀ ਕਹਿੰਦੇ ਨੇ ਪਰ ਅੱਜ ਪੰਜਾਬ ਦੇ ਵਿੱਚ ਬੈਠੇ ਸਿਆਸਤਦਾਨ ਵੀ ਪੰਜਾਬੀਆਂ ਨੂੰ ਅੱਤਵਾਦੀ ਸ਼ਬਦ ਦੇ ਨਾਲ ਬੁਲਾਉਣ ਲੱਗ ਗਏ ਨੇ ਇਹਦੇ ਬਾਰੇ ਕੀ ਕਹੋਗੇ ਦੇਖੋ ਇੱਕ ਤੁਹਾਡੇ ਅੰਦਰ ਜਨੂੰਨ ਹੁੰਦਾ ਜਿਹੜੀ ਤੁਹਾਡੀ ਸਿੱਖ ਕੌਮ ਆ ਸਾਡੀ ਇਹਦੇ ਅੰਦਰ ਇੱਕ ਜਨੂੰਨ ਆ ਸਾਡੇ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਸ਼ਾਂਤੀ ਦੇ ਵਿੱਚ ਰਹਿ ਕੇ ਪਰ ਸਾਡੇ ਛੇਵੇਂ ਪਾਤਸ਼ਾਹ ਨੂੰ ਤਲਵਾਰਾਂ ਧਾਰਨ ਪਈਆਂ ਮੀਰੀ ਦੀ ਔਰ ਪੀਰੀ ਦੀ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਇਸੇ ਤਰ੍ਹਾਂ ਸਾਡੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਸ਼ਾਂਤੀ ਦੇ ਵਿੱਚ ਰਹਿ ਕੇ ਦਿੱਤੀ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਉਸ ਟਾਈਮ ਉਹਨਾਂ ਦੇ ਕਈ ਸਾਥੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਵੀ ਸ਼ਹੀਦ ਹੋਏ ਪਰ ਉਹਨਾਂ ਤੋਂ ਬਾਅਦ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਜਬਰ ਜ਼ੁਲਮ ਦੇ ਵਿਰੁੱਧ ਜਿਹੜੀ ਆ ਉਹ ਆਵਾਜ਼ ਉਠਾਉਣੀ ਪਈ ਅਤੇ ਉਹਨਾਂ ਨੂੰ ਤਲਵਾਰ ਚੁੱਕਣੀ ਪਈ ਅਤੇ ਸਾਡੇ ਵਿੱਚ ਬਲੱਡ ਤਾਂ ਉਹਨਾਂ ਦਾ ਹੀ ਆ ਨਾ ਜੀ ਸਾਡੇ ਵਿੱਚ ਖੂਨ ਤਾਂ ਉਹੀ ਆ ਪੰਜਾਬੀ ਖੂਨ ਆ ਸਾਡਾ ਅਤੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ ਪਹਿਲਾਂ ਅਸੀਂ ਸ਼ਾਂਤੀ ਦਿਖਾਉਂਦੇ ਹਾਂ ਪਰ ਜਦੋਂ ਸਾਡੀ ਕੋਈ ਸ਼ਾਂਤੀ ਦੀ ਨਹੀਂ ਕੋਈ ਸਾਨੂੰ ਉਹਦਾ ਮਿਲਦਾ ਤਾਂ ਉਹ ਐਟੋਮੈਟਿਕ ਸਾਨੂੰ ਤਲਵਾਰ ਚੱਕਣੀ ਪੈਂਦੀ ਆ ਜਿਹੜੇ ਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਭਾਈਚਾਰੇ 'ਚ ਵੀ ਹੈਗਾ ਕਿ ਦੋ ਭਰਾ ਆਪਣੇ ਸਿਰਫ ਇੱਕ ਵੱਟ ਪਿੱਛੇ ਲੜ ਪੈਂਦੇ ਨੇ ਅਤੇ ਉਹ ਹੈ ਤਾਂ ਖੂਨ ਉਹੀ ਆ ਅਤੇ ਨਹੀਂ ਹੈਗਾ ਤਾਂ ਸਾਡੇ 'ਚ ਸਾਡੇ ਉਹ ਇੱਕ ਪੰਛੀ ਹੁੰਦਾ ਟਟੀਰੀ ਅਤੇ ਜੇ ਉਹਦੇ ਨਾਲ ਖੇਤ ਦੇ ਵਿੱਚ ਆਂਡੇ ਦਿੱਤੇ ਹੁੰਦੇ ਨੇ ਅਤੇ ਸਾਡੇ ਜ਼ਿਮੀਂਦਾਰ ਉਨੀ ਜਗ੍ਹਾ ਛੱਡ ਦਿੰਦੇ ਨੇ ਕੱਦੂ ਕਰਨ ਵੇਲੇ ਕਿ ਨਹੀਂ ਯਾਰ ਇਹ ਸਾਤੋਂ ਕੋਈ ਪਾਪ ਨਾ ਹੋ ਜਾਵੇ ਅਤੇ ਮਾਰਨ ਵੇਲੇ ਅਸੀਂ ਉਸੇ ਖੇਤ ਦੀ ਵੱਟ ਪਿੱਛੇ ਅਸੀਂ ਉਹਦਾ ਭਰਾ ਵੀ ਮਾਰ ਦਿੰਦੇ ਹਾਂ ਕਿਉਂਕਿ ਸਾਡੇ ਦੇ ਸਾਡੇ ਕਲਚਰ ਦੇ ਵਿੱਚ ਨੇ ਸਾਡੇ ਬਲੱਡ ਦੇ ਵਿੱਚ ਨੇ ਇਹ ਚੀਜ਼ਾਂ ਜਿਹੜਾ ਹੁਣ ਇਹ ਅੱਤਵਾਦੀ ਲਫ਼ਜ਼ ਆ ਜਦੋਂ ਕੋਈ ਵੀ ਬੰਦਾ ਸਟੇਟ ਦੇ ਵਿਰੁੱਧ ਚੱਲਦਾ ਜਦੋਂ ਇੱਕ ਪਿੱਛੇ ਜੇ ਇੱਕ ਬੜਾ ਤਕੜਾ ਹੋਇਆ ਸੀਗਾ ਜੀ ਸਿਮਰਜੀਤ ਸਿੰਘ ਮਾਨ ਦਾ ਵਿਰੋਧ ਕਿ ਉਹਨੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਅੱਤਵਾਦੀ ਕਿਹਾ ਉਹਦੀ ਸ਼ਾਇਦ ਉਹ ਇੰਟਰਵਿਊ ਤੁਸੀਂ ਵੀ ਪੂਰੀ ਸੁਣੀ ਹੋਊਗੀ ਉਹਦੇ ਵਿੱਚ ਉਹਨੂੰ ਪੱਤਰਕਾਰ ਸਾਹਿਬ ਨੇ ਕੁਐਸਚਨ ਕੀਤਾ ਸੀ ਕਿ ਭਗਤ ਸਿੰਘ ਜੀ ਬਾਰੇ ਤਾਂ ਉਹਨੇ ਕਿਹਾ ਕਿ ਜਿਸ ਟਾਈਮ ਅੰਗਰੇਜ਼ਾਂ ਦਾ ਰਾਜ ਸੀਗਾ ਉਸ ਟਾਈਮ ਸਟੇਟ ਦੇ ਹਿਸਾਬ ਨਾਲ ਭਗਤ ਸਿੰਘ ਉਹਨਾਂ ਦਾ ਬਾਗੀ ਸੀ ਸਟੇਟ ਦਾ ਬਾਗੀ ਸੀ ਇਸੇ ਤਰ੍ਹਾਂ ਜਦੋਂ ਹੁਣ ਇਹ ਪੰਜਾਬ ਸਟੇਟ ਆ ਜੀ ਇਹਦੇ ਵਿੱਚ ਸਾਡਾ ਖਾੜਕੂਵਾਦ ਆਇਆ 1984 ਵਾਲਾ ਅਟੈਕ ਆ ਜਿਹੜਾ ਦਰਬਾਰ ਸਾਹਿਬ 'ਤੇ ਹੋਇਆ ਅਸੀਂ ਕਦੇ ਭੁੱਲ ਹੀ ਨਹੀਂ ਸਕਦੇ ਸਾਡੇ ਜੇ ਭੁੱਲਾਂਗੇ ਤਾਂ ਅਸੀਂ ਸਿੱਖ ਨਹੀਂ ਸਿੱਧੀ ਗੱਲ ਆ ਜੀ ਅਤੇ ਉਸ ਟਾਈਮ ਉਸ ਚੀਜ਼ ਤੋਂ ਗੁੱਸਾ ਖਾ ਕੇ ਜਿਹੜੇ ਨੌਜਵਾਨ ਉਹ ਸਿੱਖ ਸੰਘਰਸ਼ ਵੱਲ ਤੁਰੇ ਕਈਆਂ ਨੂੰ ਤਾਂ ਇਹ ਨਹੀਂ ਪਤਾ ਅਸੀਂ ਕਰ ਕੀ ਰਹੇ ਹਾਂ ਹੌਲੀ ਹੌਲੀ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜੀ ਕਿਉਂਕਿ ਉਹ ਸਟੇਟ ਦੇ ਵਿਰੁੱਧ ਸੀ ਸਟੇਟ ਦੇ ਸਰਕਾਰ ਨੇ ਇੱਥੇ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਉਹਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਉਹਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਪਰ ਸਾਡੇ ਉਹਨਾਂ ਨੌਜਵਾਨਾਂ ਦੀ ਜਿਹੜੀ ਸਭ ਤੋਂ ਮਾੜੀ ਕਿਸਮਤ ਇਹ ਆ ਕਿ ਸਾਡੇ ਜਿਹੜੇ ਉਸ ਤੋਂ ਬਾਅਦ ਦੇ ਜਾਂ ਉਸ ਟਾਈਮ ਦੇ ਲੀਡਰ ਸੀਗੇ ਉਹ ਵੀ ਉਹਨਾਂ ਨੂੰ ਅੱਜ ਵੀ ਅੱਤਵਾਦੀ ਸਮਝਦੇ ਆ ਉਹ ਪਹਿਲਾਂ ਵੀ ਉਹਨਾਂ ਨੂੰ ਅੱਤਵਾਦੀ ਸਮਝਦੇ ਸੀ ਉਹਨਾਂ ਨੇ ਆਪਦੇ ਨਿੱਜੀ ਮਫਾਦਾਂ ਦੇ ਲਈ ਆਪਦੀਆਂ ਸਰਕਾਰਾਂ ਦੇ ਲਈ ਉਹਨਾਂ ਨੂੰ ਵਰਤਿਆ ਬੜੇ ਬੜੇ ਤਰੀਕੇ ਨਾਲ ਵਰਤਿਆ ਤੁਸੀਂ ਆਪ ਦੇਖ ਸਕਦੇ ਹੋ ਕਿ ਭਾਈ ਹਰਜਿੰਦਰ ਸਿੰਘ ਜਿਹੜਾ ਮਹਿਤਾ ਵਾ ਉਹ ਉਸ ਟਾਈਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦੇ ਕੋਲੇ ਬੈਠਾ ਹੁੰਦਾ ਸੀ ਅਤੇ ਅੱਜ ਉਹ ਕਿੱਥੇ ਆ ਜੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਆ ਭਾਈ ਬਿਰਸਾ ਸਿੰਘ ਬਲਟੋਹਾ ਵਾ ਉਹ ਵੀ ਕਿਸੇ ਟਾਈਮ ਉਹਨੂੰ ਵੀ ਅੱਤਵਾਦੀ ਕਹਿੰਦੇ ਹੁੰਦੇ ਸੀਗੇ ਉਹ ਵੀ ਅੱਜ MLA ਬਣਿਆ ਬੈਠਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕਿਹੜੇ ਮਤਲਬ ਬਹੁਤ ਸਾਰੇ ਜ਼ਿਆਦਾ ਨੇ ਕੁਲਵੀਰ ਸਿੰਘ ਬੜਾ ਪਿੰਡ ਆ ਸਾਰੀ ਜ਼ਿੰਦਗੀ ਖਾੜਕੂ ਸੰਘਰਸ਼ 'ਚ ਕੱਢਤੀ ਉਸ ਤੋਂ ਬਾਅਦ ਉਹ ਵੀ ਸ਼੍ਰੋਮਣੀ ਕਮੇਟੀ ਮੈਂਬਰ ਬਣਿਆ ਅਤੇ ਜਿਹੜਾ ਇਹ ਲੀਡਰ ਨੇ ਇਹ ਜਿਹੜਾ ਲਫ਼ਜ਼ ਆ ਇਹ ਅੱਤਵਾਦੀ ਇਹਨਾਂ ਨੇ ਸਾਡੇ ਖਤਮ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਕਿ ਖਾਲਿਸਤਾਨ ਦਾ ਲਫ਼ਜ਼ ਆ ਉਹ ਨਹੀਂ ਖਤਮ ਹੋਣ ਦੇ ਰਹੇ ਸਾਡੇ ਮਨਾਂ 'ਚੋਂ ਇਸੇ ਤਰ੍ਹਾਂ ਇਹ ਅੱਤਵਾਦੀ ਲਫ਼ਜ਼ ਆ ਇਹ ਖਤਮ ਨਹੀਂ ਹੋਣ ਦੇ ਰਹੇ ਅਤੇ ਸਾਡੇ ਨੌਜਵਾਨਾਂ ਨੂੰ ਜੇ ਤਾਂ ਇਹਨਾਂ ਦੀ ਆਪਦੀ ਸਰਕਾਰ ਆ ਉਸ ਟਾਈਮ ਤਾਂ ਇਹ ਅੱਤਵਾਦੀ ਨੇ ਅਤੇ ਜਦੋਂ ਇਹਨਾਂ ਦੀ ਸਰਕਾਰ ਚਲੀ ਜਾਂਦੀ ਆ ਉਸ ਟਾਈਮ ਇਹ ਸਾਡੇ ਬੰਦੀ ਸਿੰਘ ਬਣ ਜਾਂਦੇ ਨੇ ਇਹਨਾਂ ਦੀ ਵਰਡਿੰਗ ਆ ਸਿਰਫ ਇੱਕ ਰਾਜਨੀਤੀ ਮਫਾਦਾਂ ਲਈ ਉਹਨਾਂ ਦਾ ਨਾਮ ਯੂਜ਼ ਕਰਦੇ ਨੇ ਇਹਨਾਂ ਦੇ ਨਾਮ ਦਿੱਤੇ ਹੋਏ ਅੱਤਵਾਦੀ ਨੇ ਸਟੇਟਾਂ ਦੇ ਦਿੱਤੇ ਹੋਏ ਨਾਮ ਅੱਤਵਾਦੀ ਨੇ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਸੀਗੀ ਅਤੇ ਉਦੋਂ ਨਹੀਂ ਇਹਨਾਂ ਨੇ ਭਾਈ ਰਾਜੋਵਾਲੇ ਨੂੰ ਛਡਾਤਾ ਉਦੋਂ ਨਹੀਂ ਇਹਨਾਂ ਨੇ ਪੈਰਵਾਈ ਕੀਤੀ ਹੁਣ ਉਹਦੀ ਭੈਣ ਨੂੰ ਟਿਕਟ ਦੇਤੀ ਅਤੇ ਟਿਕਟ ਦੇਣ ਤੋਂ ਬਾਅਦ ਫਿਰ ਉੱਥੇ ਗੱਲ ਖੜੀ ਹੈ ਜੀ ਜਦੋਂ ਜੇ ਇਹਨਾਂ ਦੀ ਸਰਕਾਰ ਆ ਗਈ ਮੈਂ ਤਾਂ ਲਿਖਾ ਕੇ ਲੈ ਲਓ ਜੇ ਇਹਨਾਂ ਨੂੰ ਅੱਤਵਾਦੀ ਕਹਿ ਕੇ ਇਹਨਾਂ ਦਾ ਹੋਰ ਨਾ ਕਿਤੇ ਪੰਜ ਸਾਲ ਦਸ ਸਾਲ
ਤੁਸੀਂ ਆਪਣੇ ਸ਼ਬਦਾਂ ਦੇ ਵਿੱਚ, ਕਿਉਂਕਿ ਸ਼ਬਦਾਂ ਵਿੱਚ ਹੀ ਨਵਾਂ ਸ਼ਬਦ ਨਿਕਲ ਆਉਂਦਾ ਅਤੇ ਉਸਦੇ ਸੰਬੰਧ ਵਿੱਚ ਓਪਰੇਸ਼ਨ ਆ ਜਾਂਦਾ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਨਾਮ ਲਿਆ ਬੰਦੀ ਸਿੰਘਾਂ ਦਾ, ਅਤੇ ਅੱਜ ਜੇਕਰ ਆਪਾਂ ਲੁਧਿਆਣੇ ਦੀ ਗੱਲ ਕਰੀਏ, ਆਪਾਂ ਗੱਲ ਕਰਦੇ ਹਾਂ ਜਦੋਂ ਤੁਹਾਡੇ ਹਲਕਾ ਗਿੱਲ ਤੋਂ ਹੀ ਆਪਾਂ ਤੁਹਾਡੇ ਪਿੰਡ ਤੋਂ ਜਾਂਦੇ ਹਾਂ ਪੱਖੋਵਾਲ 'ਤੇ, ਅਤੇ ਉੱਥੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਹੈ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਧਰਨਾ ਦਿੱਤਾ ਗਿਆ। ਤੁਹਾਨੂੰ ਲੱਗਦਾ ਕਿ ਆਪਣੇ ਘਰ ਤੋਂ ਕੁਝ ਕੁ ਕਿਲੋਮੀਟਰ ਅੱਗੇ ਜਾ ਕੇ ਬੈਠ ਕੇ ਧਰਨਾ ਦੇਣਾ ਵਾਜਬ ਹੈ ਜਾਂ ਫਿਰ ਧਰਨੇ ਉੱਥੇ ਦੇਣੇ ਚਾਹੀਦੇ ਨੇ ਜਿੱਥੇ ਸਾਡੇ ਬੰਦੀ ਸਿੰਘ ਨਜ਼ਰਬੰਦ ਨੇ? ਦੇਖੋ, ਸਾਡੇ ਪਿੱਛੇ ਜੇ ਮੋਦੀ ਜੀ ਨੇ ਨਾ ਕਾਨੂੰਨ ਲਾਗੂ ਕੀਤੇ 3 ਅਤੇ ਖੇਤੀਬਾੜੀ 'ਤੇ, ਉਹਨਾਂ ਦੇ ਸੰਬੰਧ ਵਿੱਚ ਸਾਡਾ ਸਾਰਾ ਪੰਜਾਬ ਇਕੱਠਾ ਹੋ ਕੇ ਜਾ ਕੇ ਸ਼ੰਭੂ ਬੈਰੀਅਰ 'ਤੇ ਬਹਿ ਗਿਆ ਜੀ, ਸਿੰਘੂ ਬਾਰਡਰ 'ਤੇ। ਜਦਕਿ ਸਿੰਘੂ ਬਾਰਡਰ 'ਤੇ ਬੈਠਣ ਦੀ ਤਾਂ ਕੋਈ ਤੁੱਕ ਨਹੀਂ ਸੀ ਬਣਦੀ, ਇਹ ਸਾਰਾ ਮੈਨੂਪਲੇਟ ਹੁੰਦਾ, ਇਹ ਸਾਡੀ ਗਿਣੀ ਮਿਥੀ ਸਾਜਿਸ਼ ਹੁੰਦੀ ਹੈ ਕਿ ਕਿੱਥੋਂ ਤੁਰਨਾ ਅਤੇ ਕਿੱਥੇ ਜਾ ਕੇ ਬੈਠਣਾ। ਜੇ ਪਾਰਲੀਮੈਂਟ ਘੇਰਦੇ ਤਾਂ ਉਹਦਾ ਜਿਹੜਾ ਹੱਲ ਸਾਲ ਬੈਠੇ 'ਤੇ ਵੀ ਬੜਾ ਔਖਾ ਹੋਇਆ, ਉਹ ਕੁਝ ਦਿਨਾਂ ਦਾ ਕੰਮ ਸੀਗਾ, ਜਿੱਥੇ ਡੇਲੀ ਪਾਰਲੀਮੈਂਟ, ਇਹ ਨਹੀਂ ਸੀ ਪਤਾ ਰਾਸ਼ਟਰਪਤੀ ਭਵਨ ਕਿੱਥੇ ਆ, ਪ੍ਰਧਾਨ ਮੰਤਰੀ ਜੀ ਕਿੱਥੇ ਰਹਿੰਦੇ ਆ, ਸਿੰਘੂ ਬਾਰਡਰ 'ਤੇ ਕੌਣ ਬੈਠਾ ਸੀਗਾ ਜੀ, ਉੱਥੇ ਤਾਂ ਕੋਈ ਮੰਤਰੀ ਵੀ ਨਹੀਂ ਲੰਘਿਆ ਮੁੜ ਕੇ। ਅਤੇ ਇਸੇ ਤਰ੍ਹਾਂ ਜਿਹੜਾ ਇਹ ਬੰਦੀ ਸਿੰਘਾਂ ਦਾ ਰਿਹਾਈ ਦਾ ਮਸਲਾ ਵਾ, ਇੱਥੇ ਘਰਾਂ 'ਚ ਬੈਠ ਕੇ ਪਿੰਡਾਂ ਦੇ ਮਹੱਲਿਆਂ 'ਚ ਬੈਠ ਕੇ ਕਿਤੇ ਨਹੀਂ ਹੋਣਾ ਹੈਗਾ। ਜਾਂ ਤਾਂ ਜਿਹੜੀਆਂ ਜੇਲ੍ਹਾਂ ਨੇ, ਜੇਲ੍ਹਾਂ ਦੇ ਅੱਗੇ ਧਰਨੇ ਦਿੱਤੇ ਜਾਣ। ਸਭ ਤੋਂ ਵੱਡੀ ਗੱਲ ਤਾਂ ਹੈਗੀ ਵੀ ਇੱਥੇ ਜਿਹੜੀ ਸਭ ਤੋਂ, ਮੈਂ ਤੁਹਾਨੂੰ ਇੱਕ ਨਾ ਕਾਨੂੰਨੀ ਦਾਅ ਪੇਚ ਦੱਸਦਾ ਜੀ। ਜਦੋਂ ਉਮਰ ਕੈਦ ਦੀ ਸਜ਼ਾ ਹੋ ਗਈ, ਉਮਰ ਕੈਦ ਦੀ ਸਜ਼ਾ ਦਾ ਕਿਸੇ ਕੋਈ 10 ਸਾਲ ਬਾਅਦ ਕਿਸੇ ਦਾ ਨਕਸ਼ਾ ਚੱਲਦਾ, ਇੱਕ ਨਕਸ਼ਾ ਚੱਲਦਾ ਕਿ ਹਾਂ ਵੀ ਇਹਨੇ ਗੁੱਡ ਕਰੈਕਟਰ ਦੇ ਵਿੱਚ ਆਪਣੀ ਸਜ਼ਾ ਪੂਰੀ ਕੀਤੀ ਹੈ, ਉਹ ਜਿਹੜਾ ਨਕਸ਼ਾ ਵਾ ਉਹਨੂੰ ਕੌਣ ਪਾਸ ਕਰਦਾ? ਪਹਿਲਾਂ ਜੇਲ੍ਹ ਸੁਪਰਡੈਂਟ ਉਹਦਾ ਗੁੱਡ ਕਰੈਕਟਰ ਲਿਖ ਕੇ ਭੇਜੂਗਾ ਸਰਕਾਰ ਨੂੰ, ਆਪਣੇ DGP ਸਰ ਨੂੰ। DGP ਸਰ ਜਿਹੜੇ ਜੇਲ੍ਹਾਂ ਦੇ ਹੁੰਦੇ ਨੇ, ਉਹ ਉਹਨੂੰ ਮਾਰਕ ਕਰਕੇ ਅੱਗੇ ਉਹਦੀ ਸਿਫਾਰਿਸ਼ ਕਰਨਗੇ ਆਪਣੇ ਜੇਲ੍ਹ ਮੰਤਰੀ ਸਾਹਿਬ ਨੂੰ। ਜੇਲ੍ਹ ਮੰਤਰੀ ਸਾਹਿਬ ਨੇ ਜਿਹੜੇ, ਉਹ ਕਿਉਂਕਿ ਸਰਕਾਰ 'ਚ ਆ ਗਿਆ, ਉਸ ਤੋਂ ਬਾਅਦ ਕੰਮ ਉਹ CM ਸਾਹਿਬ ਨੂੰ ਭੇਜਣਗੇ। CM ਸਾਹਿਬ ਉਹਦੀ ਸਿਫਾਰਿਸ਼ ਕਰਕੇ ਭੇਜਣਗੇ ਕਿ ਬੰਦੀ ਸਿੰਘ ਦੀ ਇਹਦੀ 20 ਸਾਲ ਸਜ਼ਾ ਇਹ ਹੋਈ ਸੀ, ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਇਹਦੀ 20 ਸਾਲ ਇਹਨੇ ਕੱਟ ਲਏ ਨੇ, ਗੁੱਡ ਕਰੈਕਟਰ 'ਚ ਕੱਟੇ ਨੇ, ਇਹਨੂੰ ਹੁਣ ਰਿਹਾਅ ਕੀਤਾ ਜਾਵੇ। ਉਹ ਅੱਗੇ ਇਹਨੂੰ ਭੇਜਣਗੇ ਗਵਰਨਰ ਸਾਹਿਬ ਕੋਲ, ਗਵਰਨਰ ਸਾਹਿਬ ਦੇ ਕੋਲ ਪਾਵਰ ਹੈਗੀ ਉਹਦੀ ਸਜ਼ਾ ਮਾਫ਼ ਕਰਨ ਦੀ। ਨਹੀਂ ਗਵਰਨਰ ਸਾਹਿਬ ਭੇਜਣਗੇ ਤਾਂ ਉਹ ਭੇਜ ਦਿੰਦੇ ਨੇ ਰਾਸ਼ਟਰਪਤੀ ਕੋਲ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਆ ਉਹ ਅਪੀਲ ਜਾਂਦੀ ਆ ਸਿੱਧੀ ਰਾਸ਼ਟਰਪਤੀ ਜੀ ਕੋਲ। ਅਤੇ ਇੱਥੇ ਤਾਂ ਇਹ ਪ੍ਰੋਸੈਸ ਤੁਰਦਾ ਹੀ ਨਹੀਂ ਹੈਗਾ ਜੀ। ਸਰਕਾਰਾਂ, ਹਰੇਕ ਸਰਕਾਰ 'ਚ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਰਹੇ, ਉਹ ਤਾਂ ਸਿੱਧਾ ਹੀ ਕਰਵਾ ਸਕਦੇ ਸੀਗੇ, ਜੇ ਉਹ ਕਹਿੰਦੇ ਕਿ ਅਸੀਂ ਅਕਾਲੀ ਹਾਂ ਅਤੇ ਜਿਹੜੇ ਫੜੇ ਗਏ ਨੇ ਉਹ ਕਿਹੜਾ ਕਾਂਗਰਸੀ ਨੇ, ਉਹ ਵੀ ਕਿਸੇ ਨਾ ਕਿਸੇ ਟਾਈਮ ਤਾਂ ਜਿਹੜੀ ਸਾਡੀ ਮਾਂ ਪਾਰਟੀ ਆ ਪੰਜਾਬ ਦੀ ਆ, ਜਿਹਨੂੰ ਸਾਡੀ ਸਿੱਖਾਂ ਨੂੰ ਰਿਪ੍ਰਜੈਂਟਵ ਕਰਦੀ ਆ, ਉਹ ਸ਼੍ਰੋਮਣੀ ਅਕਾਲੀ ਦਲ ਹੀ ਆ, ਉਹ ਇਹਨਾਂ ਦੀ ਪੈਰਵਾਈ ਉਸ ਟਾਈਮ ਕਰਦੇ। ਹੁਣ ਤਾਂ ਇਹ ਸਾਰੇ ਡਰਾਮੇ ਚੱਲਦੇ ਨੇ, ਹੁਣ ਇਹ 'ਚ ਕੁਛ ਨਹੀਂ ਹੈਗਾ, ਕਿਉਂਕਿ ਜੇ ਇਹਨਾਂ ਦੀ ਕੋਈ ਰਿਹਾਈ ਕਰ ਸਕਦਾ ਵਾ ਤਾਂ ਸਾਡਾ ਪੰਜਾਬ ਦਾ ਗਵਰਨਰ, ਪੰਜਾਬ ਦਾ CM ਜਾਂ PM ਅਤੇ ਰਾਸ਼ਟਰਪਤੀ, ਉਹ ਕਰ ਸਕਦੇ ਨੇ। ਇੱਥੇ ਥੱਲੇ ਐਵੇਂ ਕਿਤੇ ਧਰਨੇ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ, ਇਹ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਨੇ। ਕਿਉਂਕਿ ਦੇਖੋ, ਜੇ ਹੁਣ ਬਰਗਾੜੀ ਕਾਂਡ ਹੋਇਆ ਤਾਂ ਉੱਥੇ ਕਿੰਨੇ ਸਾਲ ਹੋ ਗਏ ਧਰਨਾ ਦਿੱਤਿਆਂ ਨੂੰ ਜੀ, ਕਿੰਨੀਆਂ ਸਰਕਾਰਾਂ ਆ ਗਈਆਂ ਅੱਗੇ ਚਲੀਆਂ ਗਈਆਂ, ਕਿਸੇ ਨੇ ਕੁਛ ਨਹੀਂ ਕੀਤਾ ਹੈਗਾ, ਆਹ ਵੀ ਸਰਕਾਰ ਲੰਘ ਜਾਣੀ ਆ, ਇਹਨਾਂ ਤੋਂ ਵੀ ਕੁਛ ਨਹੀਂ ਹੋਣਾ ਹੈਗਾ। ਜਦ ਕਿਸੇ ਨੇ ਇਨਸਾਫ ਦੇਣਾ ਹੀ ਨਹੀਂ ਹੈਗਾ, ਬੰਦੀ ਸਿੰਘ ਛੱਡਣੇ ਹੀ ਨਹੀਂ ਹੈਗੇ। ਅਤੇ ਤੁਸੀਂ ਆਪ ਸਮਝਦਾਰ ਹੋ ਕਿ ਜਦੋਂ ਕੋਈ ਬੰਦੀ ਸਿੰਘ ਦੀ ਗੱਲ ਆਉਂਦੀ ਆ, ਰਾਜੀਵ ਗਾਂਧੀ ਦੇ ਕਾਤਲ ਤਾਂ ਛੱਡੇ ਜਾ ਸਕਦੇ ਨੇ, ਅਤੇ ਸਾਡੇ ਪੰਜਾਬ ਦੇ ਬੰਦੀ ਸਿੰਘ ਸਾਡੇ ਉਹ ਕਾਤਲ ਨਹੀਂ ਛੱਡੇ ਜਾ ਸਕਦੇ। ਸਰਕਾਰਾਂ ਦੇ ਇਹਦੇ ਲਈ ਇਮਾਨਦਾਰ ਨਹੀਂ ਹੈਗੀਆਂ, ਮੈਂ ਤਾਂ ਸਿੱਧੀ ਇਹ ਗੱਲ ਕਹੂੰਗਾ ਜੀ। ਮਿੱਕਾ ਜੀ, ਜਦੋਂ ਗੱਲ ਆਉਂਦੀ ਹੈ ਪੰਜਾਬ ਦੀ ਅਤੇ ਵਿਚਾਰ ਵਟਾਂਦਰਾ ਕਰਦੇ ਹੋਏ ਗੱਲਾਂ ਵਿੱਚੋਂ ਗੱਲ ਨਿਕਲਦੀ ਹੈ, ਦੋਨਾਂ ਪੱਖਾਂ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਸਾਨੂੰ ਰਾਹ ਦਿਖਾਈ, ਪਰ ਜਦੋਂ ਗੱਲ ਆਉਂਦੀ ਹੈ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਹੀ ਨਹੀਂ, ਅੱਜ ਵੀ ਨੌਜਵਾਨਾਂ ਦੇ ਦਿਲ ਦੀ ਧੜਕਣ ਬਣੇ ਹੋਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਸੰਗਰੂਰ ਦੀ MP ਸੀਟ ਲੋਕਾਂ ਨੇ ਉਹਨਾਂ ਦੀ ਝੋਲੀ ਵਿੱਚ ਪਾ ਕੇ ਦਿਖਾਇਆ ਕਿ ਉਹ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਨੂੰ ਪਿਆਰ ਨਹੀਂ ਕਰਦੇ, ਉਹ ਆਪਣਾ ਗੁੱਸਾ ਦਿਖਾਉਣ ਦੇ ਲਈ ਵੀ ਸੰਗਰੂਰ ਵਾਲਿਆਂ ਨੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਕਹਾਉਣਾ ਮਨਜ਼ੂਰ ਸਮਝਿਆ। ਪਰ ਜਦੋਂ ਗੱਲ ਆਈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਬੇਟੇ ਦੇ ਨਾਲ ਪੱਤਰਕਾਰ ਭਾਈਚਾਰੇ ਨੇ ਗੱਲ ਕੀਤੀ ਤਾਂ ਉਹਨਾਂ ਨੇ ਦੋ ਸ਼ਬਦ ਕਹੇ, ਕਹਿੰਦੇ ਗੁਰੂ ਅੰਗਦ ਦੇਵ ਜੀ ਨੇ 33 ਤਵੀ 'ਤੇ ਬੈਠ ਕੇ ਕੁਰਬਾਨੀ ਦਿੱਤੀ। ਕੀ ਤੁਹਾਨੂੰ ਲੱਗਦਾ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਪਰਿਵਾਰ ਜਿਹੜਾ ਆ ਉਹ ਉਹਨਾਂ ਦੇ ਦਿਖਾਏ ਹੋਏ ਨਕਸ਼ੇ ਕਦਮਾਂ 'ਤੇ ਚੱਲ ਰਿਹਾ? ਬਿਲਕੁਲ ਨਹੀਂ, ਇਮਾਨ ਸਿੰਘ ਮਾਨ ਤਾਂ ਹੁਣ ਐਕਟਿਵ ਹੋਇਆ ਜੀ, ਜਿਹੜਾ ਸਿਮਰਨਜੀਤ ਸਿੰਘ ਮਾਨ ਜੀ ਦਾ ਬੇਟਾ ਨਾ, ਉਹ ਇਹਨਾਂ ਦੇ MP ਬਣਨ ਤੋਂ ਬਾਅਦ ਐਕਟਿਵ ਹੋਇਆ। ਹੋ ਸਕਦਾ ਉਹ ਕੋਈ ਰਾਜਸੀ ਆਪਦੀ ਪਿੜ ਲੱਭ ਰਿਹਾ ਹੋਵੇ ਆਪਣੇ ਲਈ ਵੀ, ਕਿਉਂਕਿ ਅਗਲੀਆਂ ਇਲੈਕਸ਼ਨ, ਇੱਕ ਪਹਿਲਾਂ ਵੀ ਉਹ ਇਲੈਕਸ਼ਨਾਂ ਤਾਂ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ 'ਚੋਂ ਕਈ ਵਾਰ ਖੜਿਆ ਪਰ ਜਿੱਤਿਆ ਨਹੀਂ, ਕਿਉਂਕਿ ਸਿਮਰਨਜੀਤ ਸਿੰਘ ਮਾਨ ਜੀ ਵੀ ਪਹਿਲਾਂ ਇਹ ਖਾੜਕੂਵਾਦ ਦੇ ਸਮੇਂ ਵਿੱਚ ਉਦੋਂ ਹੀ ਜਿੱਤੇ ਨੇ, ਉਦੋਂ ਸਾਡੇ 13 MP ਬਣੇ ਸੀ ਇਹਨਾਂ ਦੇ।
तो जिड़ी हैगी इन्होंने जरा श्री गुरु अंगद देव जी बारे कहा, देखो इतिहास आ जोड़ा सानू दस गुरु साहबान जोड़ा बंदा डेली अरदास करता साड़ी अरदास साढ़े दस गुरु साहबान का नाम आता तो उस बंद उन्होंने जीवन का भी पता होना चाहिए। तो बड़ी नमोशी वाली गल आ कि सिमरजीत सिंह मान अपने आप को सिखा का सब तो व्डा जो असी मनी कि सिख खवा सिख आ कह देता कि मेरे वर्गा कोई है नहीं गा, ठीक है उन्हें कुरबानियाँ किसी टाइम दिती है असी उन्होंने एप्रीशिएट करते हैं, अभी अज भी वो कुरबानियां असं याद करते हैं क्योंकि असं भुलण वाले चो नहीं है। पर उन्होंने जोड़ा बेटा वा अजक बड़िया बेहूदियां गल् कर रहा, मैं साफ तो सोशल मीडिया से कहना चाहता कि जो कहना उन्होंने मैं सीधा कह रहा कि वो इमान सिंह मान तू आपका इतिहास पढ़ ला सिखा का इतिहास पढ़ के गल कर जा फिर बयानबाजी करनों हट जा क्योंकि तेरिया इन्ह गल करके साड़ी जी बदनामी है वो साड़ी कितना कितने सिख कौम की हो रही है, तुहाडा तो कुछ नहीं जाना तू तो आपका बयान देकर चुप करके तुर जाना तो साड़ी बदनामी इंटरनेशनल मीडिया च हो जाती है कि सिखा तो आपके इतिहास बारे नहीं पता है, इतिहास इन्हू पढ़ना चाहिए वा तो यदी बहुत वड्डी गलती है कि इनू ये नहीं पता कि पत्ती तवी तो पांचवें पातशाह बैठे से अपने सैकंड पातशाह दूजे पातशाह बैठे से जी गुरु अंगद देव जी। तुसीं जिस तरह अपने शब्दों के विच कहा कि ईमान जी नू अपने इतिहास पढ़ना चाहिए, तो तुहानू नहीं लगता कि जदों एक परिवार के बच्चा जन्म लेंदा है तो जदों का नामकरण करना हुंदा है तो आप गुरु साहब को पहुँच के वो नाम का पहला अक्षर कढ़वाने तो सरदार सिमरनजीत सिंह मान जी ने भी उन्होंने नाम का अक्षर कढ़वाया होएगा तो उन्होंने तो लाओ भी खून के ही अपने इतिहास की एक एक गल होनी चाहिए पर अज नज़र नहीं आ रही। देखो कई राजनीतिक आगू एडे को वड्डे हुंदे ने कि उन्होंने जिहड़े बच्चे हुंदे ने उन्होंने नहीं पता हुंदा ना तो राजनीति का पता हुंदा, इस तरह ही मैनूं लगता ईमान सिंह मान ये अणजाण बच्चा वा तो क्योंकि परिवार बहुत वड्डे ने यह तो जे असीं सच्ची गल मनीए कि वह दीप सिद्धू वाली गल आ कि सोने का चमच लैके पैदा होए हुए ने मूँह के विच, हाँ तो ये इन्होंने शायद ना पढ़िया होवे इतिहास सुनिया सुनाइया गल्लां जिन्ना कि सुन लैंदा बंदा उस तो अगे चल पैंदा। कई बार किसी बंदे दी दिमागी कंडीशन इहो जी हो जाती है कि नवा नवा मीडिया ते आउणा शुरू हुंदा ते स्पीच देने वेले घबराहट भी हुंदी आ, सो कुछ भी हो सकता मेरे ख्याल चो, पर जो भी होया गलती उहदी बहुत वड्डी आ कि उहनूं इह गल्लां उहदीआं मीडिया दे विच फिर उछड़ के उह दो दिन बाद फिर सामने आ जांदे जिवें सिमरजीत सिंह मान दी उह शहीद भगत सिंह जी वाली गल आ जिहड़ी उह सोशल मीडिया ते हुण इन्नी कु वायरल हो रही आ कि मैनूं भी खुद पोस्ट पाउणी पई कि असीं किसे तों सर्टिफिकेट थोड़ी लैणा जिहने साडे देश लई कुरबानियां कीतीआं ने, कोई भी हो सकदा उहनूं सिमरजीत सिंह मान दी कुरबानी अपनी जगह होऊगी पर मान ये गल नहीं कह सकता कि मेरी कुरबानी वड्डी आ भगत सिंह दी छोटी आ, तो फिर भरावा भगत सिंह जी ने तो फांसी दा रस्सा चुम लिया तूं कहते नहीं चुमिया, पर नहीं जिथों जिथे इन्हां दी कुरबानी आ ठीक है इन्होंने अपनी आई पी एस की नौकरी छड़ी आ अपने उदों 1984 के अटैक तो बाद रोस वजो छड़ी आ अपनी सिख कौम नूं रिप्रजेंटेटिव कीता वा, पर जदों हुण ऑब्जेक्शन तां कल्ली कल्ली गल ते हो जांदा जदों हुण इन्हां ने 13 सीटां जित्तियां सीगियां उस टाइम इलैक्शन दा बाईकाट कहते कीता जिहदे कि सरदार बेंत सिंह की सरकार बनी तो इत्थे पंजाब दे विच मुंडियां दा ओह कांड होया जिहड़ा रहे रब दा नाम, तो उदों इह 13 सीटां एम पी जित चुके सी ते इह तां किते वैसे ही जेलां चों बैठे जित्ते होए सीगे, कागज़ भरदे तां इन्हां नूं लोकां ने जिन्नियां 117 दियां 117 सीटां जितौणियां सीगियां, पर गलतियां तां हरेक बंदा करदा वा जिहड़ा वड्डा मर्जी राजनीतिक होवे उही इहदा बेटा करी जांदा जी गलतियां। तुसीं अपने शब्दां दे विच सरदार ईमान सिंह जी दे लिए शब्द वरत्या कि हले राजनीति दे बच्चे ने, पर आपां जेकर गल करिए सरदार सिमरनजीत सिंह मान जी दी ओह तां अज राजनीति दे विच नौजवानां नूं इक राह दिखा रहे ने, पर सोशल मीडिया दे उत्ते गलबात करदे होए ओह भी कई वारी अपनीआं लाइनां तों खुंझ जांदे ने, जिस तरह कि उन्होंने कहा सी उन्हां नूं इक पत्रकार ने पुछिआ कि संत जरनैल सिंह भिंडरांवालियां जी दे समय तुसी उत्थे 84 विच क्यों नहीं पहुँचे है ना, तो उन्होंने कहा भी मैनू संत जी ने नहीं सी बुलाया, तो ये जिहड़ी गल है ये भी किते जाके हजम नहीं सी हुंदी क्योंकि एक गल दा कहन दा तरीका हुंदा आ है ना, अब तुसी किहड़ी ड्यूटी ते सी की कर रहे सी उसनू मैं संखेप विच दस्या जावे ना कि क्योंकि संत जी ने नहीं बुलाया। देखो जेकर यह संतां नाल उदों संत जरनैल सिंह जी नाल जुड़े हुए सीगे तो संतां जी दे तां उदों आडियो कैसटां आउंदियां हुंदियां सीगियां जी, उहनां दे विच उहनां ने साफ साफ कहा सी कि जदों तुहानूं पता लगे कि दरबार साहब दे उत्ते फौज चढ़ आई क्योंकि उहनां नूं काफ़ी कुछ दिखदा सीगा, उह बड़े दूर अंदेशी सीगे जे असीं कहीए कि ब्रह्म ज्ञानी सीगे तां किसे गल्लों वी घट नहीं हैगा, तो क्योंकि उहनां दा जीवन सी जिहड़ा शुरू तो इस तरह होया किसी ना किसी तरीके कांग्रेस ने मैनुपुलेट कीता, बट थोड़ा टाइम नहीं जद तक उहनां नूं फिर बंदा तो हो जाए ने काफ़ी कुछ आ जो थोड़ा आसे पासा माहौल यह जहाँ हो जाए काफ़ी कुछ तुम्हें देखना भी पैंता, पर जो उन्होंने आपके धर्म की तो आपके गुरु साहब की गल याद आगी तो उन्होंने उस टाइम जी स्पीचा दतिया उन्होंने कहा कि जो तुम किसी सिंह पता पिंड किसी पता लग गया तो वीर घत के दरबार साहब आ जाओ,
ਐਵੇਂ ਨਾ ਉਹ ਹਥਿਆਰਾਂ ਰੱਖਣ ਬਾਰੇ ਵੀ ਉਹਨਾਂ ਨੇ ਗੱਲ ਕਹੀ ਸੀ ਕਿ ਐਵੇਂ ਨਾ ਮੌਕੇ 'ਤੇ ਪਹਿਲਾਂ ਹਥਿਆਰ ਲੈ ਲਓ, ਮੌਕੇ 'ਤੇ ਨਾ ਉਹ ਟਾਹਲੀਆਂ 'ਤੇ ਚੜ੍ਹਦੇ ਫਿਰਿਓ, ਕਿਉਂਕਿ ਉਹ ਗੱਲਾਂ ਉਹਨਾਂ ਨੂੰ ਦਿਖਦੀਆਂ ਸੀਗੀਆਂ, ਉਹ ਸਭ ਕੁਛ ਉੱਥੇ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ। ਪਰ ਜਿਹੜਾ ਇਹਨਾਂ ਨੇ ਜਿਹੜੇ ਗੱਲ ਹੋਈ ਆ ਸਿਮਰਜੀਤ ਸਿੰਘ ਮਾਨ ਜੀ ਦੀ, ਅਤੇ ਉਸ ਟਾਈਮ ਤਾਂ ਸੰਤਾਂ ਦਾ ਸਾਰਿਆਂ ਇਕੱਲੇ ਇਕੱਲੇ ਨੂੰ ਥੋੜ੍ਹੀ ਕਹਿਣਾ ਸੀਗਾ। ਉਸ ਟਾਈਮ ਤਾਂ ਇਹਨਾਂ ਵਰਗੇ ਪਤਾ ਨਹੀਂ ਕਿੰਨੇ ਕੁ IPS ਉਹਨਾਂ ਕੋਲ ਆਉਂਦੇ ਹੋਣਗੇ, ਜਿਹੜੇ ਆਫਿਸਰ ਸੀਗੇ, ਕੀ ਪਤਾ ਕਿੰਨੇ ਕੁ ਆਫਿਸਰ ਉਹਨਾਂ ਦੇ ਮਰੀਦ ਸੀਗੇ ਜਿਹੜੇ ਆਉਂਦੇ ਸੀਗੇ ਉਹਨਾਂ ਕੋਲ, ਅਤੇ ਉਹ ਇਕੱਲੇ ਇਕੱਲੇ ਨੂੰ ਮੈਸੇਜ ਥੋੜ੍ਹੀ ਕਰਦੇ ਸੀ ਕਿਉਂਕਿ ਸੋਰਸ ਬਹੁਤ ਘੱਟ ਹੁੰਦੇ ਸੀਗੇ। ਅਤੇ ਉਹ ਸ਼ਾਇਦ ਹੋ ਸਕਦਾ, ਮੈਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਲੱਗਦਾ ਕਿ ਉਹ ਮੀਡੀਆ ਦੇ ਵਿੱਚ ਐਡਿਟ ਵੀ ਕੀਤੀ ਹੋਈ ਆ, ਪਰ ਇਹ ਜ਼ਿਆਦਾ ਬਜ਼ੁਰਗ ਹੋਣ ਕਰਕੇ ਇਹ ਕਾਫੀ ਕੁਛ ਹੋ ਜਾਂਦਾ। ਇੱਕ ਜਦੋਂ ਬੰਦੇ ਕੋਲ ਉਸ ਟਾਈਮ ਪਾਵਰ ਆਵੇ, ਜਦੋਂ ਉਹਨੂੰ ਪਤਾ ਹੀ ਨਾ ਹੋਵੇ ਕਿ ਮੇਰੇ ਕੋਲ ਪਾਵਰ ਆਉਣ ਲੱਗੀ ਆ, ਤਾਂ ਉਹ ਵੀ ਨਹੀਂ ਸੰਭਲੀ ਜਾਂਦੀ ਹੁੰਦੀ। ਦੂਸਰਾ, ਇਹ ਬਜ਼ੁਰਗ ਹੋ ਗਏ ਨੇ, ਇਹਨਾਂ ਨੇ ਇੰਨਾ ਕੁਛ ਦੇਖ ਲਿਆ ਵਾ ਆਪਣੀਆਂ ਅੱਖਾਂ ਨਾਲ, ਇੰਨਾ ਕੁ ਇਤਿਹਾਸ ਹੋ ਗਿਆ। ਜਦੋਂ ਬੰਦਾ ਥੱਲਿਓਂ ਉੱਠ ਕੇ ਉਹ ਮਹਿਲਾਂ ਵਾਲਿਆਂ ਨਾਲ ਭਿੜਦਾ ਨਾ ਜੀ, ਜਦੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਉੱਥੇ ਜੇਤੂ ਹੋ ਕੇ ਨਿਕਲਦਾ, ਜਦੋਂ ਸਰਕਾਰ ਵੀ ਓਪੋਜਿਟ ਹੋਵੇ, ਕੋਈ ਸੁਣਦਾ ਨਾ ਹੋਵੇ, ਉਦੋਂ ਕਈ ਵਾਰ ਜਵਾਨਾਂ ਥਿੜਕ ਜਾਂਦੀਆਂ ਨੇ। ਅਤੇ ਮੈਂ ਤਾਂ ਇਹੀ ਕਹੂੰਗਾ ਕਿ ਹੋ ਸਕਦਾ ਇਹ ਬੁਢਾਪੇ ਕਰਕੇ ਹੋਵੇ, ਹੋ ਸਕਦਾ ਪਾਵਰ ਦਾ ਜਿਹੜਾ ਨਸ਼ਾ ਵਾ ਪਾਵਰ ਨਾ ਸੰਭਲੀ ਜਾਂਦੀ ਹੋਵੇ। ਤੁਹਾਨੂੰ ਲੱਗਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਸਿਆਸਤ ਦਾ ਨਸ਼ਾ ਚੜ ਸਕਦਾ? ਜ਼ਰੂਰ ਜੀ, ਜਿਹੜੀ ਸਿਆਸਤ ਹੁੰਦੀ ਆ, ਜਿਹੜੀ ਪਾਵਰ ਆ ਨਾ, ਇਹ ਪਾਵਰ ਬੜਾ ਕੁਛ ਕਰਾਉਂਦੀ ਆ ਬੰਦੇ ਤੋਂ। ਇਹ ਇੰਦਰਾ ਗਾਂਧੀ ਕੌਣ ਹੁੰਦੀ ਸੀ ਸਿੱਖਾਂ ਨਾਲ ਮੱਥਾ ਲਾਉਣ ਵਾਲੀ? ਜੇ ਉਹ ਪ੍ਰਧਾਨ ਮੰਤਰੀ ਸੀਗੀ, ਉਹਦੇ ਕੋਲ ਪਾਵਰ ਸੀਗੀ, ਉਹਨੇ ਉਹਦੀ ਸੋਚ ਓਡੀ ਹੋ ਗਈ ਨਾ ਕਿ ਫੌਜ ਮੇਰੇ ਅੰਡਰ ਆ ਅਤੇ ਮੈਂ ਉੱਥੇ ਫੌਜ ਚੜ੍ਹਾ ਸਕਦੀ ਹਾਂ। ਇੱਕ ਆਮ ਪਰਿਵਾਰ 'ਚੋਂ ਹੁਣ ਮੈਂ ਕਿੱਡੀ ਕੁ ਮੈਂ ਪਾਵਰ ਦਾ ਮਾਰਕ ਰੱਖਦਾ, ਮੈਂ ਵੱਧ ਤੋਂ ਵੱਧ ਇੱਕ ਥਾਣੇ ਦੇ SHO ਨੂੰ ਕਾਲ ਕਰ ਲੂੰਗਾ ਜੀ, ਉਹ ਤੋਂ ਕੋਈ ਕੰਮ ਲੈ ਲੂੰਗਾ। ਮੈਂ ਇਹ ਤਾਂ ਨਹੀਂ ਕਹੂੰਗਾ ਕਿ ਉਹ ਇੱਥੇ CP ਨੂੰ ਕਾਲ ਕਰਕੇ ਜਾਂ DGP ਨੂੰ ਕਾਲ ਕਰਕੇ ਥੜੂ, ਕਹੂੰਗਾ ਮੇਰਾ ਆ ਕੇ ਪਿੰਡ ਘੇਰ ਲੈ। ਜਿਸ ਤਰ੍ਹਾਂ ਦਾ ਸਟੇਟਸ ਹੋ ਜਾਂਦਾ ਬੰਦੇ ਦਾ ਰਾਜਨੀਤੀ ਦੇ ਵਿੱਚ, ਅਤੇ ਜਦੋਂ ਬੰਦਾ ਬਿਲਕੁਲ ਖਤਮ ਹੋਇਆ ਹੋਵੇ ਰਾਜਨੀਤੀ 'ਚ, ਜਦੋਂ ਉਹਨੂੰ ਸੰਜੀਵਨੀ ਬੂਟੀ ਮਿਲ ਜਾਵੇ, ਅਤੇ ਉਹ ਪਾਵਰ ਦਾ ਜਿਹੜਾ ਨਸ਼ਾ ਵਾ ਉਹ ਆਟੋਮੈਟਿਕ ਚੜ੍ਹਦਾ ਵਾ। ਇਹ ਪਾਵਰ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਝੱਲੀਆਂ ਨੇ, ਉਹਨਾਂ ਨੂੰ ਪਤਾ ਹੋਵੇ ਕੀ ਚੀਜ਼ਾਂ ਹੁੰਦੀਆਂ ਨੇ ਪਾਵਰ ਦੇ ਨਸ਼ਿਆਂ ਦੇ ਵਿੱਚ। ਤਾਂ ਬਿਆਨ ਸਿੰਘ ਦੇ ਪੋਤੇ ਨੇ ਇੱਥੇ ਬਲਾਤਕਾਰ ਕਰਕੇ ਕਾਂਡ ਵੀ ਕੀਤੇ ਨੇ ਸ਼ਰਿਆਂ ਵਾ, ਆਪਦੇ ਦਾਦੇ ਦੇ ਮੁੱਖ ਮੰਤਰੀ ਹੁੰਦੇ ਹੋਏ। ਬੜਾ ਕੁਛ ਆ, ਪਾਵਰਾਂ ਬਹੁਤ ਕੁਛ ਕਰਾਉਂਦੀਆਂ ਨੇ। ਮਿੱਕਾ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਸਿਆਸਤ ਦਾ ਨਸ਼ਾ ਹੋ ਸਕਦਾ, ਪਰ ਜੇਕਰ ਆਪਾਂ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ MLA ਛਾਤੀ ਠੋਕ ਕੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਤੋਂ ਵੀ ਹਾਰ ਸਕਦੀ ਹੈ, ਪਰ ਸੰਗਰੂਰ ਉਹਨਾਂ ਦੀ ਜਨਮ ਭੂਮੀ ਹੈ, ਰਾਜਧਾਨੀ ਆਮ ਆਦਮੀ ਪਾਰਟੀ ਦੀ, ਉੱਥੋਂ ਨਹੀਂ ਹਾਰ ਸਕਦੀ। ਪਰ ਸੰਗਰੂਰ ਦੇ ਵਿੱਚ MP ਇਲੈਕਸ਼ਨ ਚੋਣਾਂ ਦੇ ਵਿੱਚ ਜੋ ਸੰਗਰੂਰ ਵਾਸੀਆਂ ਨੇ ਆਪਣਾ ਗੁੱਸਾ ਦਿਖਾਇਆ, ਇਹ ਲਗਾਓ ਸੰਗਰੂਰ ਵਾਸੀਆਂ ਦੇ ਉੱਤੇ ਇੱਕ ਨਾਮ ਲੱਗ ਗਿਆ ਕਿ ਕ੍ਰਾਂਤੀਕਾਰੀ ਲੋਕ ਨੇ, ਕਿ ਕ੍ਰਾਂਤੀਕਾਰੀ ਲੋਕਾਂ ਨੇ ਜੋ ਕੁਰਬਾਨੀ ਹੋਈ ਆ ਉੱਥੋਂ ਦੀ, ਆਪਾਂ ਗੱਲ ਕਰੀਏ ਸਿੰਗਰ ਔਰ ਉਸਨੂੰ ਕਿਹਾ ਜਾਵੇ, ਜੇਕਰ ਆਪਾਂ ਗੱਲ ਕਰੀਏ ਕਲਾਕਾਰ ਵਜੋਂ, ਪੋਲੀਟੀਕਲ ਵਜੋਂ, ਇੱਕ ਇਹੋ ਜਿਹਾ ਨੌਜਵਾਨ ਜਿਸਦੇ ਨਾਮ ਦੀਆਂ ਧੂਮਾਂ ਸਿਰਫ ਪੰਜਾਬ ਵਿੱਚ ਹੀ ਨਹੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੈ ਰਹੀਆਂ ਸੀ, ਕਿ ਉਸ ਨੌਜਵਾਨ ਦੀ ਕੁਰਬਾਨੀ ਜਾਇਆ ਜਾਏਗੀ? ਦੇਖੋ, ਪੰਜਾਬ ਦਾ ਜਿਹੜਾ ਮਾਹੌਲ ਆ, ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਸੈਂਟਰ ਦੀਆਂ ਇੰਟੈਲੀਜੈਂਸੀਆਂ ਦੀ ਔਰ ਪੰਜਾਬ ਦੀਆਂ ਇੰਟੈਲੀਜੈਂਸੀਆਂ ਦੀ ਗੱਲ ਇੱਕ ਸੀ, ਕਿਉਂਕਿ ਕੁਛ ਵੀ ਆ ਇਹ ਸਾਡਾ ਪੰਜਾਬ ਮੇਰੇ ਉੱਥੇ ਗੱਲ ਆ ਜਾਂਦੀ ਹੈ ਕਿ ਬਾਰਡਰ ਸਟੇਟ ਆ, ਇੱਥੋਂ ਜੋ ਵੀ ਕੁਛ ਆਉਂਦਾ, ਜੇ ਅਸਲਾ ਵੀ ਆ ਤਾਂ ਵੀ ਸਾਡੇ ਇੱਥੋਂ ਅੰਮ੍ਰਿਤਸਰ ਤੋਂ ਵਾਇਆ ਤਰਨ ਤਾਰਨ ਫਿਰੋਜ਼ਪੁਰ ਹੋ ਕੇ ਆ ਜਾਂਦਾ, ਜੇ ਚਿੱਟਾ ਆਉਂਦਾ ਤਾਂ ਵੀ ਇੱਥੋਂ ਆਉਂਦਾ। ਜਦੋਂ DGP ਸ਼੍ਰੀ ਦਿਨਕਰ ਗੁਪਤਾ ਜੀ ਸੀਗੇ ਪੰਜਾਬ ਦੇ ਚੀਫ ਸੀਗੇ, DGP ਸੀਗੇ ਪੰਜਾਬ ਦੇ, ਪੁਲਿਸ ਮੁਖੀ ਸੀ, ਤਾਂ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ ਨਾਲ ਉਹਨਾਂ ਦਾ ਤਾਲਮੇਲ ਸੀਗਾ, ਅਤੇ ਪੰਜਾਬ ਦੇ ਵਿੱਚ ਕ੍ਰਾਈਮ ਬਹੁਤ ਹੱਦ ਤੱਕ ਘੱਟ ਗਿਆ ਸੀਗਾ। ਤੁਹਾਨੂੰ ਪਤਾ ਹੋਣਾ ਕਿ 15,000 ਤੋਂ ਤਾਂ ਉੱਪਰ ਗੈਂਗਸਟਰ ਜੇਲ੍ਹਾਂ ਦੇ ਵਿੱਚ ਦੇ ਦਿੱਤੇ ਸੀ ਕਾਂਗਰਸ ਸਰਕਾਰ ਨੇ। ਅਤੇ ਜਦੋਂ ਚਰਨਜੀਤ ਸਿੰਘ ਚੰਨੀ ਆ ਗਿਆ, ਅਤੇ 5 ਸਾਲ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਪੁਲਿਸ ਦਾ DGP ਚੇਂਜ ਕੀਤੇ, ਜਿਹੜੇ ਕਿ ਸੋਤਾ ਸਾਹਿਬ ਲਾਏ, ਅਤੇ ਸੋਤਾ ਸਾਹਿਬ ਦਾ ਸੈਂਟਰ ਨਾਲ ਜਿਹੜਾ ਸੀ ਤਾਲਮੇਲ ਉਹ ਟੁੱਟ ਗਿਆ। ਉਸ ਤੋਂ ਬਾਅਦ 4 ਤਾਂ DGP ਬਦਲ ਚੁੱਕੇ ਨੇ ਜੀ ਹੁਣ ਤੱਕ, ਅਤੇ 3 ਮੁੱਖ ਮੰਤਰੀ ਬਦਲ ਚੁੱਕੇ ਨੇ, ਕੈਪਟਨ ਸਾਹਿਬ ਗਏ, ਉਸ ਤੋਂ ਬਾਅਦ ਚੰਨੀ ਜੀ ਗਏ, ਹੁਣ ਆ ਗਏ ਭਗਵੰਤ ਮਾਨ ਜੀ, ਜਿਨ੍ਹਾਂ ਦੇ ਕਿ ਮੇਰੇ ਖਿਆਲ 'ਚ ਉਹਨਾਂ ਦੇ ਵੀ ਹੱਥ 'ਚ ਥੋੜ੍ਹਾ ਬਹੁਤ ਹੀ ਗਿਆ, ਕੁਛ ਜ਼ਿਆਦਾ ਹੈ ਨਹੀਂ, ਸਭ ਕੁਛ ਦਿੱਲੀ ਓਪਰੇਟ ਹੁੰਦਾ। ਅਤੇ ਪੰਜਾਬ ਜਿਹੜਾ ਇੰਟੈਲੀਜੈਂਸ ਦੀ ਮੈਂ ਗੱਲ ਕਰਦਾ, ਕਿਉਂਕਿ ਮੁੜ ਘਿੜ ਕੇ ਲਾਸਟ ਗੱਲ ਆਪਾਂ ਕਤਲ ਤੱਕ ਤਾਂ ਹੀ ਆਉਣੀ ਹੈ ਨਾ, ਕਿਉਂਕਿ ਪੰਜਾਬ ਪੁਲਿਸ ਦਾ ਜਦ ਕੋਈ ਮੁਖੀ ਹੋਈ ਨਹੀਂ ਸਟੈਬਲ ਹੈਗਾ, ਇੱਕ ਇਹਨੂੰ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਅਗਲਾ ਦਿਨ ਕੱਢਣਾ ਕਿ ਨਹੀਂ ਕੱਢਣਾ, ਮੈਂ ਪੰਜਾਬ ਬਾਰੇ ਕਾਹਦੇ ਸੋਚਾਂ। ਇੱਕ ਇੱਕ ਮਹੀਨਾ ਇਹਨਾਂ ਨੇ DGP ਰੱਖੇ ਨੇ ਇੱਥੇ ਪੰਜਾਬ ਦੇ, ਅਤੇ ਉਹ ਜਦ ਤੱਕ ਪੰਜਾਬ ਦਾ ਉਹਨਾਂ ਨੂੰ ਸਮਝ ਆਉਣ ਲੱਗਦੀ ਆ ਉਦੋਂ ਤੱਕ ਉਹਨਾਂ ਨੂੰ ਬਦਲ ਦਿੰਦੇ ਨੇ। ਜਿਹੜਾ ਲਾਅ ਐਂਡ ਆਰਡਰ ਆ ਪੰਜਾਬ ਦਾ ਉਹ ਭੰਗ ਹੋ ਚੁੱਕਿਆ ਸੀਗਾ, ਭੰਗ ਹੋਣ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਬਣਿਆ, ਇਹ ਖੂਨੀ ਮਾਹੌਲ ਬਣ ਗਿਆ ਪੰਜਾਬ ਦਾ, ਚਾਹੇ ਉਹਦਾ ਕਤਲ ਹੋਵੇ ਆਪਣੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਵੇ, ਚਾਹੇ ਵਿੱਕੂ ਮਿੱਡੂ ਖੇੜੇ ਦਾ ਹੋਵੇ, ਚਾਹੇ ਇਹ ਹੋਵੇ,
है तो यह दो ग्रुपां का आपसी मास मामला पर कई पासों जी पुलिस आ पुलिस का भी बहुत वड्डा रोल होंगे ये जो हम पुलिस ने वो सिक्योरिटियां वापस लैन लगे नवी सरकार आई सिक्योरिटियां वापस लैन लगे आ जिद के गैंगस्टर भी कहते हैं जिन्होंने कतल किए हैं वो भी बंदे कह रहे हैं कि सिक्योरिटी घट हुई असं एक्टिव हो दोबारा जबकि एक बार पहला भी मारना आए थे जनवरी में उदों के सिक्योरिटी बहुत सी कितना कित यह पंजाब सरकार की ना नमोशी सी इन नाकामयाबी सी कि कतल होया तो क्योंकि इतने साढ़े बंब धमाका लुधियाने होया इंटैलीजेंस के ऑफिस के चंडी मोहाली बंब धमाका हो गया देखो जिहड़ी इंटैलीजेंस ने सारा पंजाब देखना हों उन्होंने घर ही कोई बंब धमाका हो जाए तो इतों वोटी तो कोई माड़ी गल नहीं हो सकती तो उन्होंने एक ललकार भी सी कि देखो असी थोड़ा दफ्तर ही असी भंग करता जी थोड़ा इतने बंब धमाका करता तुम तो पंजाब सानू लभदे फिरदे असी देख लो मोहाली आके करके काम इन्होंने एक चैलेंज भी सी तो चैलेंज वेले नहीं सुधरे है जी ये संभले नहीं है तो यह सिद्धू मूसेवाल का हुण मर्डर भी हो चुका तो सिद्धू मूसेवाल का जिहड़ा मर्डर आ खमियाजा जिहड़ा आम आदमी पार्टी सरकार ये संगरूर की इलैक्शन के खमियाजा एक भुगतना पिया वा क्योंकि नौजवान वर्ग सीगा जिहड़ा वो बड़ा क्रेज सीगा सिद्धू का मूसेवाले का तो जो हुण उहदी मौत हो गई तो एकोदम पंजाब दे विच तुसीं आप देख सकते हो कि सीएम तो पांच दिन उत्थे जा ही नहीं सकिया हैगा जी यह जहा माहौल से हाँ जो सीएम साहब चले भी जाते कितने पहले दिन या दूसरे दिन तो मैनू नहीं लगता कि उत्थे लड़ाई झगड़ा गोली खून खराबा उत्थे ना हुंदा ये चीज़ां पंजाब दे विच हो चुकिया ने कि पंजाब पुलिस तो सरकार तो लोगों का तीन महीने के विच विच ही मोह भंग हो गया क्योंकि बंदे नवे सीगे हरेक नूं आपा तापा ही पै गई कोई इन्हां दे विजिलेंस ने चक लिया जी कोई बंदा ये आपकी सरकार दे विच जे तुसीं ये देखो आप इन्हां नूं अपने ही दफ्तरां दे विच जाके छापे मारने पैण इदूं नमोशी वाली गल कि फिर सरकार की करती है सरकार का ऑर्डर कितने गया लाज ने ऑर्डर कितने गया कि तुम्हें रिश्वत नहीं लैनी हैगी जे इन्हें जाके एम एल ए उत्थे दफ्तर छापे मार रहे हैं इन्हें सेहत मंत्री जाके बीसी कहते तू बैड पर पै जा जबकि जिहड़ा खमियाजा इन्हों भुगतना पाया जिहड़ा लॉ एंड ऑर्डर जिहड़ा पंजाब दे विच भंग हो गया सीगा सिद्धू मूसेवाल का कतल होया तो जिहड़ी संगरूर सीट आ उहदा हारन का कारण ही यह सी सिद्धू मूसेवाल का कतल क्योंकि जे सिमरजीत सिंह मान की इन्नी इन्नी पॉपुलैरिटी होंगी तो वह पांच महीने पहला इलैक्शन जित लेंदे जो एम एल ए हारे ने 5000 वोट से उदों जितते पर यह तो सारा सिद्धू मूसेवाल का विरोध सीगा विरोध वाली जी वोट सी अकाली दल नूं पैनी नहीं सी क्योंकि अकाली कांग्रेस तो पहले ही लोग दुखी सी तो सिमरजीत सिंह मान नूं पाती तो इन्हां नूं सीट तो हाथ धोना पिया तुसीं अपने शब्दों के गल की कि लोग जिहड़े ने अकाली कांग्रसियों तो दुखी सी जिस दे करके उन्होंने अपना गुस्सा निकालिया आम आदमी पार्टी के खिलाफ जिहड़ी पार्टी लोग खुद लैके आए तो उन्होंने उत्थों सरदार सिमरजीत सिंह मान जी जिता दिता पर जेकर हुण दी आपां गल करिए तां हुण लोकां दी सोच दे विच जेकर तुहाडे शब्दां नूं वड्डा कहदे आ जेकर अकाली कांग्रेसियां तों लोक दुखी ने ते हुण सरदार सिमरनजीत सिंह मान जी दा देखिए तां आम आदमी पार्टी ने उहनां नूं जेकर MP दी सीट उह उत्थों जित्ते ने तां उहनां दे उत्ते इहो जिहा शिकंजा कसिया होया कि डेली कोई ना कोई न्यूज़ अपडेट हो रही है ते हुण फिर लोकां दे कोल की रहि गया देखो जिहड़ा श्रोमणी अकाली दल अमृतसर आ जिन्हां दे मुखी ने सिमरजीत सिंह मान जी किसी ना किसी तरह वो एक गर्म ख्याली जथेबंदी मनी गई है पंजाब दे विच ते सरकार नू स्टेट नू ये फिक्र पै गया कि अगर सिमरजीत सिंह मान उत्थों MP जित गया तो कम से कम 4-5 जिहड़े हल्के ने MLA दे उहनां दे विच तो उहदा सीधा ही प्रभाव हो गया शायद 7 MLA हल्के सीगे उहनां विच 4-5 हल्के सीधा प्रभाव हो गया जिथे जेतू होया दो हल्कियां चों थोड़ी जी वोट दे पिछों घटिया वा ते इहदा जिहड़ा रुझान आ सारे पंजाब दे विच भी देखण नूं मिल सकदा क्योंकि हुण सिमरजीत सिंह मान आपदी पार्टी खड़ी करूगा ये उही पार्टी आ जिहड़ी साडे पंजाब दे काले दौर दे विच अतवाद दे विच 13 दीआं 13 सीटां MP दीआं जित गई सीगी सो सरकारां नूं किते ना किते तां फिक्र हुंदा ही आ फिर इहनां दा कुछ ना कुछ तां हुण वीक पॉइंट निकलना ही आ जी सिमरजीत सिंह मान आ जदों पावर 'च रहे ने इहनां दे बेटे दे नाम ते उत्थे काफ़ी सारी जमीन सी सिसवा फार्म वह इन्ह ने खाली करवाया वा कुछ इन्हों के भाणजिया के नाम मान दे सॉरी दोहतिया के नाम सी जमीन वो खाली करवाई आ हूँ वीक पॉइंट जब तक वो पावर च नहीं सी उदों तक नहीं सी निकले हूँ पावर चा तो वो वीक पॉइंट तो कोई ना कोई लभणगे सरकार है फिर भी आम आदमी ही शब्दों के उत्ते दोबारा गल कर रहे थोड़ा लगता है कि सरदार सिमरजीत सिंह मान जी के बेटे सरदार इमान सिंह मान वो दिखाए गए अपने पिता जी के नक्शे कदमों के उत्ते चलते हुए पार्टी स्टैंड कर सकते हैं देखो 1984 तो हुण तक मान सिंह मान कित्थे सीगा जी जदों इहदे फादर जेलां 'च रहे उदों उह कित्थे सी ठीक आ थोड़ी बहुती केसां दी पैरवाई उह करदा रहा अपणिआं दी पर मेरे ख्याल 'च नहीं हैगा कि उहदे विच उह क्वालिटी हैगी जिस तरह कैप्टन अमरिंदर सिंह सीगे
ਉਹਨਾਂ ਦੇ ਬੇਟਾ ਰਣਿੰਦਰ ਸੀਗਾ ਜੀ, ਉਹਨੂੰ ਦੋ ਵਾਰ ਇਲੈਕਸ਼ਨ ਲੜੀ, ਦੋਨੋਂ ਵਾਰ ਹਾਰ ਗਿਆ। ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਰਾਜਨੀਤਿਕ ਦਾ ਬੇਟਾ ਉਹਦੇ ਨਕਸ਼ੇ ਕੰਮਾਂ 'ਤੇ ਚੱਲ ਕੇ ਰਾਜਨੀਤੀ ਵਿੱਚ ਸਫਲ ਹੀ ਹੋਵੇ, ਫੇਲ ਵੀ ਹੋ ਜਾਂਦੇ ਨੇ। ਅਤੇ ਉਹਨਾਂ ਫੇਲਰਾਂ ਦੇ ਵਿੱਚੋਂ ਇਮਾਨ ਸਿੰਘ ਮਾਨ ਇੱਕ ਆ, ਇਹ ਵੀ ਫੇਲ ਹੋਊਗਾ, ਪਹਿਲਾਂ ਵੀ ਬਹੁਤ ਵਾਰ ਫੇਲ ਹੋ ਚੁੱਕਿਆ, ਅਤੇ ਗਾਂਹ ਨੂੰ ਵੀ ਫੇਲ ਰਹੂਗਾ, ਕਿਉਂਕਿ ਇਹਦੀਆਂ ਜਿਹੜੀਆਂ ਸਪੀਚਾਂ ਨੇ, ਇਹਦੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਇੰਟਰਵਿਊ ਨੇ ਉਹ ਦੱਸ ਰਹੀਆਂ ਨੇ, ਕੋਈ ਸਮਝਦਾਰੀਆਂ ਵਾਲੀਆਂ ਨਹੀਂ ਹੈਗੀਆਂ। ਜਿੰਨੇ ਪੜ੍ਹੇ ਲਿਖੇ ਪਰਿਵਾਰ 'ਚੋਂ ਨੇ, ਇੰਨੇ ਐਜੂਕੇਟਡ ਫੈਮਲੀਆਂ ਨੇ ਇਹਨਾਂ ਦੇ ਆਪ ਇੰਨੀਆਂ ਹਾਇਰ ਪੜ੍ਹਾਈਆਂ ਕੀਤੀਆਂ ਨੇ ਉੱਚ ਲੈਵਲ ਦੀਆਂ, ਪਰ ਇਹਨਾਂ ਦੀਆਂ ਜਵਾਨਾਂ ਫਿਸਲਦੀਆਂ ਰਹਿੰਦੀਆਂ ਨੇ ਅਕਸਰ, ਅਤੇ ਜਵਾਨ ਸੰਭਾਲਣੀ ਬਹੁਤ ਹੀ ਜ਼ਰੂਰੀ ਆ ਰਾਜਨੀਤੀ ਦੇ ਵਿੱਚ ਜੇ ਕਾਮਯਾਬ ਹੋਣਾ। ਅਤੇ ਜੇਕਰ ਆਪਾਂ ਗੱਲ ਕਰੀਏ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ, ਅਕਾਲੀ ਪਾਰਟੀ ਦੀ, ਤਾਂ ਤੁਹਾਡੀ ਸੋਚ ਦੇ ਹਿਸਾਬ ਨਾਲ ਸਰਦਾਰ ਇਮਾਨ ਸਿੰਘ ਜੀ ਨੂੰ ਪਿੱਛੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਕਿਸ ਇਨਸਾਨ ਨੂੰ ਸਾਹਮਣੇ ਲਿਆਉਣਾ ਚਾਹੀਦਾ ਜਿਸ ਦੇ ਨਾਲ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਇਹੋ ਜਿਹੇ ਚੁਟਕਲੇ ਨਾ ਬਾਹਰ ਆਉਣ? ਦੇਖੋ, ਜੇ ਸਿਮਰਨਜੀਤ ਸਿੰਘ ਮਾਨ ਆਪਣੇ ਬੇਟੇ ਨੂੰ ਇਮਾਨ ਸਿੰਘ ਨੂੰ ਅੱਗੇ ਕਰਦਾ ਤਾਂ ਉਹ ਸਿੱਧਾ ਸਿੱਧਾ ਪਰਿਵਾਰਵਾਦ ਆ। ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹੀ ਕੀਤਾ, ਸੁਰਜੀਤ ਸਿੰਘ ਬਰਨਾਲਾ ਨੇ ਇਹੀ ਕੀਤਾ, ਤਲਵੰਡੀ ਸਾਹਿਬ ਨੇ ਵੀ ਇਹੀ ਕੀਤਾ ਜੀ, ਅਤੇ ਇਹੀ ਬਚੇ ਸੀਗੇ, ਇਹ ਵੀ ਉਹੀ ਲਾਈਨ 'ਤੇ ਚੱਲ ਪਏ ਨੇ। ਪਾਰਟੀ ਦੇ ਵਿੱਚ ਬੜੇ ਜੁਝਾਰੂ ਵਰਕਰ ਹੁੰਦੇ ਨੇ, ਇਹਨਾਂ ਨੂੰ ਆਪ ਇਹਨਾਂ ਨੂੰ ਪਛਾਣ ਕਰਨੀ ਚਾਹੀਦੀ ਹੈ ਕਿ ਮੇਰੀ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੇ ਮੇਰੀ ਪਾਰਟੀ ਨੂੰ ਜਿਸ ਟਾਈਮ ਮਾੜਾ ਦੌਰ ਸੀ, ਪਾਰਟੀ ਮਾੜੇ ਦੌਰ ਵਿੱਚੋਂ ਲੰਘ ਰਹੀ ਸੀ, ਉਹਨੂੰ ਖੜ੍ਹਾ ਕਰਨ ਲਈ ਕੁਰਬਾਨੀਆਂ ਕੀਤੀਆਂ ਨੇ। ਬਹੁਤ ਸਾਰੇ ਬੰਦੇ ਨੇ ਇੱਥੇ ਸਾਡੇ ਲੁਧਿਆਣੇ ਦੇ ਵੀ, ਬਹੁਤ ਸਾਰੇ ਆਗੂ ਸੀਗੇ, ਚਲੋ ਆ ਤਾਂ ਬੈਂਸ ਭਰਾ ਤਾਂ ਪਹਿਲਾਂ ਇਹਨਾਂ ਦੇ ਹੁੰਦੇ ਸੀ, ਉਸ ਤੋਂ ਬਾਅਦ ਤਾਂ ਕਈ ਪਾਰਟੀਆਂ ਬਦਲ ਗਏ, ਕਾਫੀ ਸਾਰੇ ਆਗੂ ਹੈਗੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਹੀ ਨੇ, ਕਿਉਂਕਿ ਉਹ ਹੁਣ ਜਦੋਂ ਸਿਮਰਜੀਤ ਸਿੰਘ ਮਾਨ ਦਾ ਨਾਮ ਵੱਡਾ ਆ ਗਿਆ ਅਤੇ ਬਾਕੀ ਆਗੂ ਤਾਂ ਬਿਲਕੁਲ ਜ਼ੀਰੋ ਹੋ ਜਾਂਦੇ ਨੇ, ਉਹਨਾਂ ਦੇ ਤਾਂ ਕਦੇ ਕਿਸੇ ਇੰਟਰਵਿਊ ਨਹੀਂ ਆਉਣੀ ਹੈਗੀ ਇਹਨਾਂ ਦੀ ਪਾਰਟੀ ਦੇ ਦੀ। ਇਸ ਕਰਕੇ ਆਪਣੇ ਬੇਟੇ ਨੂੰ ਹਾਈਲਾਈਟ ਕਰ ਰਹੇ ਨੇ, ਇਹਨਾਂ ਨੂੰ ਆਪਦੀ ਪਾਰਟੀ ਦਾ ਜਥੇਬੰਦਕ ਢਾਂਚਾ ਖੜ੍ਹਾ ਕਰਨਾ ਚਾਹੀਦਾ, ਪਰ ਇਹ ਪੰਜਾਬ ਦੇ ਲੋਕ ਨੇ, ਇਹਨਾਂ ਨੇ ਇਸ ਪਾਰਟੀ ਨੂੰ ਵੋਟ ਨਹੀਂ ਪਾਈ ਹੈਗੀ, ਇਹਨਾਂ ਨੇ ਸੰਗਰੂਰ ਦੇ ਲੋਕਾਂ ਨੇ ਸਿਰਫ ਸਿੱਧੂ ਮੂਸੇਵਾਲੀ ਦੀ ਮੌਤ ਦਾ ਬਦਲਾ ਸਰਕਾਰ ਤੋਂ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਲਿਆ ਵਾ, ਸਿਮਰਜੀਤ ਸਿੰਘ ਮਾਨ ਨੂੰ ਕਾਮਯਾਬ ਕਰਨ ਲਈ ਵੋਟ ਨਹੀਂ ਪਾਈ। ਅਤੇ ਜੇਕਰ ਆਪਾਂ ਮਾਨ ਜੀ ਦੀ ਉਮਰ ਨੂੰ ਦੇਖੀਏ, ਕਿਉਂਕਿ ਪਰਮਾਤਮਾ ਨੇ ਸਾਨੂੰ ਕਿੰਨੇ ਸਾਹ ਦਿੱਤੇ ਨੇ ਇਹ ਤਾਂ ਪਰਮਾਤਮਾ ਨੂੰ ਹੀ ਪਤਾ ਆ, ਅਤੇ ਅੱਜ ਜੇਕਰ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਉਮਰ ਅਤੇ ਉਹਨਾਂ ਦੇ ਅਹੁਦੇ ਨੂੰ ਦੇਖੀਏ ਤਾਂ ਪਰਮਾਤਮਾ ਦੇ ਅਗਲੇ ਪਲ ਦਾ ਕੁਝ ਨਹੀਂ ਪਤਾ, ਕਿਉਂਕਿ ਜਦੋਂ ਗੱਲ ਕਰੀਏ ਸਾਡੀ ਜਵਾਨੀਆਂ ਦੀ, ਦੀਪ ਸਿੱਧੂ ਵਰਗੇ ਜਵਾਨ ਜਿਹੜੇ ਨੇ ਇੱਕ ਸੈਕਿੰਡ ਦੇ ਵਿੱਚ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਏ, ਅਤੇ ਜਦੋਂ ਪਰਮਾਤਮਾ ਵੱਲੋਂ ਦਿੱਤੇ ਗਏ ਸਾਹਾਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਪੰਜਾਬ ਦੇ ਵਿੱਚ ਅਸੀਂ ਕੋਹੀ ਨੂਰ, ਸਾਡੀਆਂ ਜਿਹੜੀਆਂ ਜਵਾਨੀਆਂ ਸੀਗੀਆਂ ਉਹ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਈਆਂ। ਔਰ ਉਮਰ ਦੀ ਗੱਲ ਕਰੀਏ ਤਾਂ ਇਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜਿਹੜੀ ਉਮਰ ਹੈ ਤਾਂ ਨੋ ਡਾਊਟ ਉਹ ਕਿਤੇ 10 ਮਿੰਟ ਲਗਾਤਾਰ ਖੜ੍ਹੇ ਹੋ ਕੇ ਗੱਲਬਾਤ ਨਹੀਂ ਕਰ ਸਕਦੇ, ਕਿਉਂਕਿ ਇੱਕ ਸੋਸ਼ਲ ਮੀਡੀਆ 'ਤੇ ਤੁਸੀਂ ਵੀ ਇੱਕ ਵੀਡੀਓ ਵਾਇਰਲ ਹੋਈ ਦੇਖੀ ਹੋਏਗੀ ਕਿ ਉਹ ਸਟੇਜ ਦੇ ਖੜ੍ਹੇ ਸਪੀਚ ਦੇਣ ਲੱਗੇ ਨੇ ਅਤੇ ਉਹ ਖੜ੍ਹੇ ਸੀਗੇ ਅਤੇ ਉਹਨਾਂ ਨੂੰ ਖੜ੍ਹੇ ਹੋਣ 'ਚ ਪ੍ਰੋਬਲਮ ਆ ਰਹੀ ਸੀ, ਉਹਨਾਂ ਦੇ ਕੋਲ ਇੱਕ ਵਰਕਰ ਬੈਠਾ ਸੀ, ਉਹਨਾਂ ਨੇ ਉਹਨੂੰ ਠੁੱਡ ਮਾਰ ਕੇ ਪਰੇ ਕਰਿਆ, ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਇੱਕ ਨੈਗੇਟਿਵਿਟੀ ਦਿਖਾਈ ਗਈ, ਲੇਕਿਨ ਜਦੋਂ ਕਿ ਇਹ ਨਹੀਂ ਸੋਚਿਆ ਕਿ ਇੱਕ ਬਜ਼ੁਰਗ ਨੂੰ ਇੰਨਾ ਸਮਾਂ ਖੜ੍ਹੇ ਹੋਣ 'ਚ ਵੀ ਪਰੇਸ਼ਾਨੀ ਆਉਂਦੀ ਹੈ ਅਤੇ ਉਹ ਵਰਕਰ ਦਾ ਉਹਦੇ ਬੱਚਿਆਂ ਵਰਗਾ, ਹੈ ਨਾ। ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਪਕੜ ਜਿਹੜੀ ਹੈ ਮਜ਼ਬੂਤ ਕਰ ਲੈਣੀ ਚਾਹੀਦੀ ਹੈ, ਕਿਉਂਕਿ ਉਮਰ ਹੈ ਜਿਹੜੀ ਉਹ ਭੱਜਦੀ ਜਾ ਰਹੀ ਹੈ? ਦੇਖੋ, ਕੋਈ ਵੀ ਕੰਮ ਹੁੰਦਾ ਉਹ ਹੁੰਦਾ ਵਾ ਟੀਮ ਵਰਕ। ਹੁਣ ਜਿਸ ਤਰ੍ਹਾਂ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਤਾਂ ਜਿਹੜਾ ਕੰਮ ਆ ਨਾ, ਅਸਲੀ ਕੰਮ ਤਾਂ ਉਹਨਾਂ ਨੂੰ ਹੈਗਾ ਕਿ ਉਹ ਪਾਰਲੀਮੈਂਟ ਤੱਕ ਸੰਬੋਧਨ 'ਚ, ਉੱਥੇ ਪਾਰਲੀਮੈਂਟ ਵਿੱਚ ਸਕਦੀਆਂ ਜਾ ਕੇ ਮੰਗਾਂ ਉਠਾਉਣ। ਪੰਜਾਬ ਦੇ ਵਿੱਚ ਇੱਥੇ ਗਲੀਆਂ ਦੇ ਵਿੱਚ ਗੇੜੇ ਮਾਰਨ ਦਾ, ਸੜਕਾਂ 'ਤੇ ਗੇੜੇ ਮਾਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਰਕਾਰ ਆ ਇੱਥੇ ਆਮ ਆਦਮੀ ਪਾਰਟੀ ਦੀ, ਉਹਨਾਂ ਨੇ ਉਹਨਾਂ ਦੇ ਹਰੇਕ ਕੰਮ 'ਚ ਡਿੱਕਾ ਪਾਉਣਾ। ਇੱਥੇ ਉਹਨਾਂ ਦੀ ਜਿਹੜੀ ਟੀਮ ਆ ਉਹ ਕੰਮ ਕਰੀ ਜਾਵੇ, ਹਰੇਕ ਪਿੰਡ ਉਹ ਜਾ ਨਹੀਂ ਸਕਦੇ, ਹਰੇਕ ਦੇ ਖੁਸ਼ੀ 'ਚ, ਹਰੇਕ ਦੀ ਗਮੀ 'ਚ ਉਹ ਨਹੀਂ ਜਾ ਸਕਦੇ ਹੈਗੇ। ਇਹ ਜਦੋਂ ਹੁਣ 7 ਜ਼ਿਲ੍ਹੇ ਨੇ ਤਾਂ ਆਪਾਂ ਆਪ ਸਮਝ ਸਕਦੇ ਹਾਂ ਕਿ ਇੱਕ ਦਿਨ ਦੇ ਵਿੱਚ ਉਹ ਕਿੰਨੇ ਕੁ ਪ੍ਰੋਗਰਾਮ ਅਟੈਂਡ ਕਰ ਸਕਦੇ ਆ। ਇੱਕ ਮੰਨ ਲਓ ਇੱਕ ਗਿੱਲ ਪਿੰਡ 'ਚ ਪ੍ਰੋਗਰਾਮ ਹੋਵੇ ਅਤੇ ਇੱਕ ਉਸ ਮਰੇਲਕੋਟਲੇ ਕੋਲ ਹੋਵੇ ਅਤੇ ਆਉਣ ਜਾਣ ਦੇ ਵਿੱਚ 2-2.5 ਘੰਟੇ ਫੁੱਟ ਜਾਂਦੇ ਨੇ। ਉਹਨਾਂ ਨੂੰ ਇੱਕ ਟੀਮ ਵਰਕ ਆਪਦੀ ਟੀਮ ਖੜ੍ਹੀ ਕਰਨੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਦੀ ਜਗ੍ਹਾ 'ਤੇ ਪੰਜਾਬ ਵਿੱਚ ਕੰਮ ਕਰੇ। ਉਹਨਾਂ ਸਿਹਤ ਦੇ ਹਿਸਾਬ ਨਾਲ ਉਹ ਸਿਰਫ ਜਿੱਥੇ ਉਹ ਬੋਲ ਸਕਦੇ ਨੇ, ਜਿੱਥੇ ਉਹ ਜਿਹਦੇ ਲਈ ਚੁਣੇ ਗਏ ਨੇ, ਉਹ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ, ਸਾਡੀਆਂ ਉਹ ਪੰਜਾਬੀਆਂ ਦੀਆਂ ਮੰਗਾਂ ਨੇ, ਉਹ ਪਾਰਲੀਮੈਂਟ ਦੇ ਵਿੱਚ ਉਹ ਆਵਾਜ਼ਾਂ ਉਠਾਉਣ, ਉਹ ਆਪਣੇ ਆਪ ਨੂੰ ਉੱਥੇ ਤੱਕ ਸੀਮਿਤ ਕਰ ਲੈਣ। ਇੱਥੇ ਤਾਂ ਚੱਲੀ ਜਾਣਾ ਕੰਮ, ਇੱਥੇ ਤਾਂ ਉਹਨਾਂ ਦਾ ਬੇਟਾ ਸਾਂਭ ਲੂੰਗਾ, ਹੋਰ ਜਿਹੜੇ ਪਾਰਟੀ ਵਰਕਰ ਨੇ ਉਹ ਵੀ ਕੰਮ ਸਾਂਭ ਲੈਣਗੇ, PA ਹੁੰਦੇ ਨੇ ਉਹ ਕੰਮ ਸਾਂਭ ਲੈਂਦੇ ਨੇ, ਇੱਥੇ ਵਾਲਾ ਕੰਮ ਛੱਡ ਦੇਣ। ਸਿਹਤ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ, ਆਪਾਂ ਗੱਲ ਕਰਦੇ ਹੁਣ ਤੁਹਾਡੇ ਬਾਰੇ, ਅਤੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਤੁਹਾਡੇ ਸੰਬੰਧ ਵਿੱਚ ਹੋਈ ਤਾਂ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਤੁਸੀਂ ਇੱਕ ਫਾਊਂਡੇਸ਼ਨ ਵੀ ਚਲਾ ਰਹੇ ਹੋ। ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਤੁਸੀਂ ਕਿਹੜੀ ਨਾਮ ਤੋਂ ਫਾਊਂਡੇਸ਼ਨ ਚਲਾ ਰਹੇ ਹੋ ਅਤੇ ਉਸ ਫਾਊਂਡੇਸ਼ਨ ਦੇ ਜ਼ਰੀਏ ਤੁਸੀਂ ਕੀ ਸਮਾਜ ਸੇਵਾ ਨਿਭਾ ਰਹੇ ਹੋ? ਦੇਖੋ ਜੀ, ਮੈਂ ਪੰਜਾਬ
पर फिर सानू महसूस होया जदों एंबूलेंस दे ज़्यादा पैसे लैन लग गए थे कि 6-6 हज़ार रुपया एंबूलेंस वाले चार्ज कर लग गए डेड बॉडियां लैके आउंदा, क्योंकि डरदा कोई करोना पीड़ित की डेड बॉडी भी नहीं लैके आउंदा। तो उस टाइम असीं गुरद्वारा साहब साढ़े वड्डा गुरद्वारा साहब उन्हें प्रधान जी नूं बेनती की, उन्हां कोल एंबूलेंस सी, तो मेरे दोस्त सीगे सरपंच गीबा मानकवाल तो गिल्लां तो बिंदा मनी हुणी ये सारे, इन्हां ने कहा कि असीं चला लिया करांगे गड्डी, असीं उस च पेट्रोल का अरेंज कर लिया जी अपने कोलों पैसे इकट्ठे कर ले। तो डेड बॉडियां तो कई बार इस तरह का हुंदा सीगा कि उन्हां कोले कफन जां उन्हां दे संस्कार लई भी पैसे नहीं सी हुंदे, वह भी असीं अरेंज करते रहे हैं। सब तो पहला असीं उपराला यह किया कि डेड बॉडी नूं करोना दे विच होस्पिटल तो घर तक जां शमशान घर तक लैके आवांगे, असीं उहदा कोई पैसा चार्ज नहीं करांगे। तो उस समय यही बहुत वड्डी सेवा सीगी जिहड़ी साडी संस्था दे हिस्से आई है, तो फ्री सेवा कीती असीं। उस तो बाद पहला भी जिहड़ा साडा चलदा रहा है कि नौजवान नशियां तो किस तरह बचणगे, असीं नौजवानां नूं जे किसी ने जरूरत पैंदी आ उन्हां मैडिसिन मुहैया करवा दिंदे आ, कोई उहदा ट्रीटमेंट शुरू करवा दिंदे आ। तो वड्डा मिशन हैगा कि मेरा जिहड़ी सिख कौम आ साडी उह ज़्यादातर ईसाई धर्म वल केंद्रित हुंदी जा रही है, झुकदी जा रही है, वो बहुत सारे कारण ने, वो कदे फिर डिस्कस कर लेंगे। असी वो भी लोगों को अवेयर करते हैं समय समय से वीडियो पा के, क्योंकि मेरे ख्याल से तो मैं इधरों पंजाब चो मैं तो अपने आप को, क्योंकि मैं बाकी वीडियो भी देखता ना सोशल मीडिया से असं जुड़े हुए हैं कि होर तो कोई आवाज़ नहीं उठाता डरता कि शायद उन्होंने अगलिया वोटों से लोड़ पेगी इन्होंने वोटों की, ये वोटा नहीं पैणगिया जो उन्होंने विरुद्ध बोलूगा। पर मेरा वोटा लैना एम नहीं, मैं जो लोगों ने मैंने वोटा पाइया चुनिया वा तो मैंने जिम्मेवारियां सौंपियां, तो मैं उही जिम्मेवारियां निभा रहा वा। तो साड़ी संस्था वा जी पंजाब यूथ फैडरेशन आ, बच्चों दी फीसां स्कूल च दिंदे आ जी, असीं कुछ गुड़िया का ब्याह आ गया बच्ची का, असीं उहदे ब्याह ते कोई हैल्प करती जिन्ना कि गुरु महाराज सातों करवा दिंदे, असीं किसी तो डोनेशन नहीं लैंदे हैगे, असीं आप ही यार दोस्त जिहड़ा साडा ग्रुप आ असीं रल के करदे आ। जदों गल आउंदी है पंजाब दी तां पंजाब दे विच किसी भी धर्म का वसनीक रहिंदा होवे, पर जदों उह पंजाब तों बाहर अदर स्टेट विच जांदा है तां उसनूं पंजाबी या सिख ही कहा जाता है। किसी नूं नहीं पता कि वह पंजाबी किस धर्म नूं बिलोंग करता है। तो नौजवान सरदार हरप्रीत सिंह मिक्का जो पिंड गिल तो बतौर सरपंच अपनी सेवा निभा रहे हैं, उन्होंने जो ईसाई धर्म की गल की है कि ईसाई धर्म जिहड़ा है पंजाब दे विच इस वक्त हवा बोल रहा, साढ़े कई इहोजे सिख परिवार ने जिहड़े ईसाई धर्म विच जांदे ने, ते तुसीं इह दसो कि जिहड़ा तुसीं इह तुहाडे दिमाग दे विच गल आई है ईसाई धर्म है ना कन्वर्ट हो रहा साढ़े अपने ही पंजाबी नौजवान भीर, ये किस तरह आई, कि तुहाडे कोई फ्रेंड सर्कल च कोई इह जा घाणा वापरिया या नहीं? मेरे गिल एक्चुअली तो मैं आसे पासे देखता रहिंदा सीगा थोड़े टाइम तो, जदों क्योंकि हो सब कुछ ड्रामा रहा। देखो धर्म असीं किसी नूं माड़ा नहीं कहिंदे हैगे, सानूं साढ़े गुरु साहब ने सिखाया वा सभै सांझी बाल सदायन को इन्हां दिसे बारा जी, वो साड़ी गुरबाणी च थां थां लिखिया होया वा, मतलब अलग अलग धर्मां दा सत्कार किया गया, असीं करदे भी हाँ। पर जदों तुसीं किसी नूं लालच दे के कोई किसी नूं डरा के अपने वल करदे हो तां वो धर्म नहीं रह जांदा, वो एक गुंडागर्दी दा रूप धारण कर जांदा। जिहड़ा हुण ईसाई धर्म वाले ने, यह मेरे गिल पिंड दे विच बहुत सारे घर ने जिहड़े ईसाई धर्म नाल जुड़ गए, ते मैं जिथे रह रहा वा मेरे पिछले पासे भी काफ़ी घर जुड़ गए, कम से कम 18 घर जुड़ गए ने इत्थे मेरे गिल पिंड च नेड़े नेड़े मेरे घरां दे। ते जदों मैनू यह चीज़ां होईयां कि वह किहड़े धर्म नूं बिलोंग करदे, सिख धर्म नूं बिलोंग करदे सी, ते अपने आप ही दुख हुंदा। देखो गलतियां साडी श्रोमणी कमेटी दियां, गलतियां साढ़े श्रोमणी अकाली दल दियां, भुगतणियां सानू सिखां नूं पै रहियां ने। जे उही इहो जिहियां संस्थावां ये की करदे ने कि एक परिवार नूं मकान बना के दे दिंदे ने जी, एक जां दो कमरे, एक नाल अटैच बाथरूम ते नाल किचन, ये साढ़े कई घर च इसे तरह किया इन्हां ने। तो साढ़े नाल इत्थे ललतों पिंड आ, उत्थे तक वक्री कलोनी खड़ी करती, उत्थे जिहड़े ईसाई बने ने उन्हां नूं घर दे एक एक घर देता, तो नाल ही उत्थे स्कूल भी खोलता ललतों पिंड च, तो मैं उत्थे भी जाके आया सीगा, तो वह भी मैं देखिया माहौल सारा। जो अगले नूं पुछीदा वा, अच्छा पहला एक बार ये कई करते कि जिस तरह मान लो बलजीत सिंह नाम आ बंदे का, उन्होंने जो कन्वर्ट करते हैं तो वह नाम अगे बलजीत मसीह कर देंदे सी, पर हुण इन्हां ने की कीता, हुण इह कहिंदे नहीं तुसीं आपका नाम बलजीत सिंह ही रखो, तो वह हुण उहदा नाम भी मसीह नहीं बनाउंदे हैगे, तो हुण तां वैसे नहीं पता लगता। वह तो जो कहता कि भाई परमेशर देखू परमेशर देखू सारा कुछ, वो वर्डिंग तो पता लगता कि परमेशर कहते कर रहा, जबकि परमेशर है तो परमात्मा का नाम आ। पर जे हुण ईसाई धर्म को इन्होंने धारण किया वा, वो सारे परमेशर परमेशर ही कहते हैं, तो करके सू अपने बोली तो पता लग जाता, फिर जो घर जाके देखी तो सारा क्लीयर ही हो जाता कि ईसाई धर्म ग्रहण कर चुके हैं। तो गलतियां साड़ियां श्रोमणी कमेटी दियां, तो भुगतणियां सानू सिखां नू पै रहियां ने। हरप्रीत सिंह मिक्का जी, तुसीं एक फैडरेशन चला रहे हो जिस दे विच जरिए तुसीं समाज सेवा निभा रहे हो, तो गल करिए आपां सिख धर्म की, तो तुसीं पंजाबियों नूं सिख धर्म दे नाल जोड़न की गल कर रहे हो, जिहड़े साडे पंजाबी ईसाई धर्म वल जा रहे ने
उन्हां नूं किसी ना किसी प्रकार घर वापसी करन दी कोशिश कर रहे हो, पर तुहानूं जानकारी है क्योंकि तुसी सोशल मीडिया ते एक्टिव रहिंदे हो। एक इंसान जिसका नाम है विक्की थॉमस, वह पंजाब नूं भी बिलोंग नहीं करते, बॉम्बे दे रहण वाले ने। पंजाब दे एक मोटीवेटर स्पीकर दे जरिए एक वीडियो वायरल हुई जिस दे विच उन्होंने भाई मरदाना जी ते साडे गुरु साहिबान धन श्री गुरु गोबिंद सिंह जी इन्हां दोनों दे कार्टून बनाए, ते उस मोटीवेटर ने अपनी जो फोटो लगाई पूरी कोट पेंट दे विच अपडेट। उस वीडियो दे संबंध विच विक्की थॉमस जो बॉम्बे नूं बिलोंग करदे ने उन्होंने पंजाबियों की जमीर नूं झंझोरदे हुए आख्या कि पंजाबियों की जमीर सो गई है। श्रोमणी अकाली दल बादल की जेकर गल करिए उन्होंने इन्हों भी अटैक किया कि किसी ने भी इस वीडियो के संबंध में कोई सवाल जवाब नहीं किया, और वो बॉम्बे तो स्पैशल पहुँचे अमृतसर, क्योंकि तुसी ईसाई धर्म के संबंध में गल कर रहे हो तो विक्की थॉमस ईसाई धर्म द होंदे हुए सिर के उत्ते निशान साहब का दुमाला रख के अमृतसर के उस वीडियो के संबंध में पहुँचे, पर ਤੁਹਾਡੀ ਫੈਡਰੇਸ਼ਨ ਨੇ ਹਰਪ੍ਰੀਤ ਮਿੱਕਾ ਜੀ ਨੇ ਉਸ ਸੰਬੰਧ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ। ਦੇਖੋ ਮੈਂ ਮਾਫੀ ਚਾਹਾਂਗਾ ਇਸ ਗੱਲ ਦਾ, ਮੈਨੂੰ ਨਹੀਂ ਪਤਾ ਲੱਗਿਆ, ਤੁਹਾਡੇ ਤੋਂ ਹੀ ਪਤਾ ਲੱਗਿਆ ਕਾਫੀ ਕੁਛ। ਅਸੀਂ ਕਿਉਂਕਿ ਮੈਂ ਜਿੰਨਾ ਕੁ ਮੀਡੀਆ ਦੇਖਦਾ ਸੋਸ਼ਲ ਮੀਡੀਆ 'ਤੇ ਰਹਿਣਾ ਵਾਂ, ਉਹ ਮੇਰੇ ਨਹੀਂ ਨਾ ਦਿਮਾਗ ਵਿੱਚ ਆਈ, ਪਰ ਜੇ ਇਹ ਗੱਲ ਹੈਗੀ ਤਾਂ ਮੈਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਫੈਡਰੇਸ਼ਨ ਵੱਲੋਂ ਇਹਦੇ ਵਿਰੁੱਧ ਜ਼ਰੂਰ ਆਵਾਜ਼ ਉਠਾਵਾਂਗਾ, ਕਿਉਂਕਿ ਕੋਈ ਵੀ ਆ ਸਿੱਖ ਧਰਮ ਦੇ ਵਿਰੁੱਧ ਜਦੋਂ ਪਹਿਲਾਂ ਇੱਕ ਵਾਰ ਬੀਡੀ ਦੇ ਬੰਡਲ 'ਤੇ ਗੁਰੂ ਸਾਹਿਬ ਦੀ ਫੋਟੋ ਲਾਈ ਗਈ ਸੀ, ਮੈਂ ਉਦੋਂ ਵੀ ਆਵਾਜ਼ ਉਠਾਈ ਸੀ। ਕਾਫੀ ਸਮੇਂ 'ਤੇ ਜੇ ਕੋਈ ਸਿੱਖ ਧਰਮ ਬਾਰੇ ਕੋਈ ਗਲਤ ਸਾਡੇ ਗੁਰੂ ਸਾਹਿਬਾਨ ਬਾਰੇ ਗੱਲ ਕਰਦਾ ਤਾਂ ਅਸੀਂ ਆਵਾਜ਼ ਉਠਾਉਂਦੇ ਹਾਂ, ਅਤੇ ਜਿਹੜਾ ਵਿੱਕੀ ਥੋਮਸ ਨੇ ਜੇ ਕੀਤਾ ਤਾਂ ਬਹੁਤ ਵਧੀਆ ਕੰਮ ਕੀਤਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇੱਕ ਸੈੱਲ ਹੋਣਾ ਚਾਹੀਦਾ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਨਿਗਾਹ ਰੱਖੇ ਹਰ ਟਾਈਮ। ਉਹ ਤਾਂ ਬਥੇਰਾ ਪੈਸਾ ਸ਼੍ਰੋਮਣੀ ਕਮੇਟੀ ਕੋਲ ਆਪਣੀਆਂ ਗੱਡੀਆਂ ਲਈ ਹੈਗਾ ਵਾ, ਗਨਮੈਨ ਲੈਣ ਲਈ ਹੈਗਾ ਵਾ, ਬੜਾ ਕੁਛ ਇਹਨਾਂ ਕੋਲ, ਪਰ ਇਹਨਾਂ ਚੀਜ਼ਾਂ ਦਾ ਸੋਸ਼ਲ ਮੀਡੀਆ 'ਤੇ ਵੀ ਧਿਆਨ ਰੱਖਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਕੀ ਹੋ ਰਿਹਾ, ਕਿਤੇ ਸਾਡੇ ਗੁਰੂ ਸਾਹਿਬ ਬਾਰੇ ਕੋਈ ਗਲਤ ਪ੍ਰਚਾਰ ਤਾਂ ਨਹੀਂ ਹੋ ਰਿਹਾ। ਇਹਨਾਂ ਨੂੰ ਇੱਕ ਵਿੰਗ ਬਣਾਉਣਾ ਚਾਹੀਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਗੁਰੂ ਸਾਹਿਬ ਬਾਰੇ ਦੱਸੇ। ਈਸਾਈਆਂ ਦਾ ਇੱਕ ਗੁਰੂ ਹੋਇਆ, ਯਿਸੂ ਮਸੀਹ ਹੋਇਆ ਵਾ, ਉਹਨੇ ਕੁਰਬਾਨੀ ਕੀਤੀ ਹੈ। ਸਾਡੇ ਤਾਂ ਸਾਰੇ ਗੁਰੂ ਸਾਹਿਬਾਨਾਂ ਦੀਆਂ ਕਿੰਨੇ ਗੁਰੂ ਸਾਹਿਬਾਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੇ ਅੱਗੇ ਬੱਚਿਆਂ ਨੇ ਕੀਤੀਆਂ, ਸਾਡੇ ਹੋਰ ਸਿੰਘਾਂ ਨੇ ਕੀਤੀਆਂ ਨੇ ਕੁਰਬਾਨੀਆਂ, ਅਤੇ ਅਸੀਂ ਆਪਣੀ ਸਿੱਖ ਕੌਮ ਸਾਰਾ ਕੁਝ ਭੁੱਲੀ ਜਾਂਦੀ ਹੈ ਡੇ ਬਾਏ ਡੇ, ਕਿਉਂਕਿ ਸਾਡੇ ਦਿਮਾਗ ਹੀ ਰਾਜਨੀਤੀ ਵੱਲ ਆ ਅਤੇ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਭੁੱਲਦੇ ਰਹਿੰਦੇ ਹਾਂ। ਅਤੇ ਵਿੱਕੀ ਜਿਹੜਾ ਥੋਮਸ ਆ ਜਿਹੜਾ ਉਹਨੇ ਵੀ ਸਾਡੇ ਇਤਿਹਾਸ ਬਾਰੇ ਪੜ੍ਹਿਆ ਹੋਊ, ਕੋਈ ਵੀ ਇਨਸਾਨ ਆ ਜਿਹੜਾ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਂ ਸਾਡੇ ਇਤਿਹਾਸ ਬਾਰੇ ਪੜ੍ਹੂਗਾ ਤਾਂ ਉਹ ਆਟੋਮੈਟਿਕ ਉਹਦਾ ਝੁਕਾਅ ਆ ਜਿਹੜਾ ਸਾਡੇ ਸਿੱਖੀ ਵੱਲ ਹੋਜੂਗਾ। ਕੋਈ ਜ਼ਬਰਦਸਤੀ ਅਸੀਂ ਕਿਸੇ ਨੂੰ ਸਿੱਖ ਨਹੀਂ ਬਣਾਉਂਦੇ ਹੈਗੇ, ਅਤੇ ਪਰ ਜਿਹੜੇ ਦੂਸਰੇ ਧਰਮ ਨੇ ਉਹ ਇਹ ਚੀਜ਼ਾਂ ਕਰ ਰਹੇ ਨੇ, ਈਸਾਈ ਧਰਮ ਜਿਹੜਾ ਵਾ ਉਹ ਇਹ ਚੀਜ਼ਾਂ ਕਰ ਰਿਹਾ, ਮਾਫੀ ਚਾਹੁੰਦਾ ਦੂਸਰੇ ਧਰਮਾਂ ਤੋਂ, ਇਕੱਲਾ ਈਸਾਈ ਧਰਮ ਦੀ ਗੱਲ ਕਰਦਾ ਮੈਂ, ਕਿ ਉਹ ਇਹ ਚੀਜ਼ਾਂ ਕਰ ਰਿਹਾ ਵਾ, ਅਤੇ ਕਿਸੇ ਨੂੰ ਲਾਲਚ ਦੇ ਕੇ ਪੈਸਿਆਂ ਦਾ, ਕਿਸੇ ਨੂੰ ਕੁਛ ਉਹਦੇ ਬੱਚੇ ਮੈਂ ਬਾਹਰ ਪੜ੍ਹਨ ਭੇਜ ਦੂੰਗਾ, ਉਹ ਲਾਲਚ ਦੇ ਕੇ ਆਪਣੇ ਵੱਲ ਕਰਦਾ ਵਾ। ਅਤੇ ਦੂਜੇ ਜਿਹੜੇ ਡਰਾਮੇ ਚੱਲਦੇ ਨੇ, ਤੁਹਾਨੂੰ ਪਤਾ ਕਿ ਸਾਡੇ ਇੱਕ ਰੀਸੈਂਟਲੀ ਕੇਸ ਹੋਇਆ ਇੱਥੇ ਮਾਨਕਵਾਲ ਪਿੰਡ ਆ, ਉਹ ਲੇਡੀਜ਼ ਦੀ ਇੰਟਰਵਿਊ ਹੋਈ ਤਾਂ ਉਹ ਕਹਿੰਦੀ ਕਿ ਮੇਰੇ ਮਤਲਬ ਬੱਚੇਦਾਨੀ ਨਹੀਂ ਸੀ, ਫਿਰ ਵੀ ਮੇਰੇ ਬੱਚਾ ਹੋ ਗਿਆ, ਮੈਂ ਉੱਥੇ ਜਾ ਕੇ ਪ੍ਰੇਅਰ ਕਰਾਈ। ਜਿਹੜੀਆਂ ਕਿ ਬੇਹੂਦੀਆਂ ਗੱਲਾਂ ਨੇ, ਜਿਹੜੀਆਂ ਕਿ ਮੈਡੀਕਲ ਲਾਈਨ ਤੋਂ ਬਾਅਦ ਦੀਆਂ ਗੱਲਾਂ ਨੇ, ਮਾਫੀ ਚਾਹੁੰਦਾ ਕਿ ਮੈਂ ਤੁਹਾਡੇ ਸਾਹਮਣੇ ਬੈਠ ਕੇ ਗੱਲ ਕਰ ਰਿਹਾ ਵਾਂ, ਪਰ ਜਿਹੜੀ ਸੱਚਾਈ ਆ ਮੇਰੇ ਜਿਹੜੇ ਸਾਹਮਣੇ ਹੋ ਰਹੀ ਆ, ਮੈਨੂੰ ਇਹਨਾਂ ਚੀਜ਼ਾਂ ਦਾ ਦੁੱਖ ਹੁੰਦਾ ਵੀ ਲੋਕ ਕਿਵੇਂ ਬੁੱਧੂ ਬਣੀ ਜਾ ਰਹੇ ਨੇ। ਅਤੇ ਜਦੋਂ ਸਾਡੇ ਉਹ ਡਿਫੈਂਸ ਓਫੈਂਸ ਚੈਨਲ ਵਾਲੇ ਦਿੱਲੀ ਤੋਂ ਆਏ ਸੀ, ਜਦੋਂ ਉਹਨਾਂ ਨੇ ਇੰਟਰਵਿਊ ਕੀਤੀ ਤਾਂ ਉਹ ਲੇਡੀਜ਼ ਨੇ ਆਹ ਸਟੇਟਮੈਂਟ ਦਿੱਤੀ ਆਪਦੀ, ਔਨ ਰਿਕਾਰਡ ਸਟੇਟਮੈਂਟ ਆ ਉਹਦੀ। ਅਤੇ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਅਸੀਂ ਕਹਿ ਦਿੰਦੇ ਕਿ ਸਾਡੇ ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਆ, ਸਿਰਫ ਬਾਣੀ ਨੂੰ ਮੰਨਣ ਦੀ ਅਪੀਲ ਕੀਤੀ ਆ ਜੀ, ਸਾਰਿਆਂ ਨੂੰ ਇੱਕੋ ਨਿਗਾਹ ਨਾਲ ਦੇਖਣ ਦੀ ਅਪੀਲ ਕੀਤੀ ਆ, ਜਾਤ ਪਾਤ ਦੇ ਵਿੱਚ ਨਾ ਫਸੀਏ, ਅਸੀਂ ਕੋਈ ਜਾਤ ਪਾਤ ਨਹੀਂ ਹੈਗੀ, ਇਨਸਾਨ ਇੱਕ ਵਾ। ਅਤੇ ਉਹ ਅਪੀਲਾਂ ਕੀਤੀਆਂ ਨੇ ਸਾਨੂੰ, ਸਾਨੂੰ ਸਾਨੂੰ ਪੂਰਨੇ ਪਾਏ ਨੇ, ਅਸੀਂ ਉਹਨਾਂ 'ਤੇ ਹੁਣ ਚੱਲ ਹੀ ਨਹੀਂ ਰਹੇ ਹੈਗੇ। ਜਦੋਂ ਉੱਥੇ ਸਿੱਖ ਜਾ ਕੇ ਉੱਥੇ ਨੱਚਦੇ ਨੇ, ਉਹ ਸਿਰ 'ਤੇ ਹੱਥ ਲਾਉਂਦੇ ਨੇ, ਇਸ ਈਸਾਈ ਧਰਮ ਵਾਲੇ ਉਹ ਡਿੱਗਦੇ ਨੇ ਪਿੱਛੇ ਨੂੰ, ਹਾ ਹਾ ਹਲਾ ਲੂਈਆ ਹਲਾ ਲੂਈਆ, ਸਾਨੂੰ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੜਾ ਦੁੱਖ ਹੁੰਦਾ। ਅਤੇ ਮੈਂ ਆਪਣੇ ਇੱਕ ਇਹ ਤੁਹਾਡੇ ਨਾ ਜਵਾਬ ਦੇ ਵਿੱਚ ਸਵਾਲ ਬਹੁਤ ਨਿਕਲੇ ਆ ਰਹੇ ਨੇ ਅਤੇ ਆਪਣੀ ਵਾਰਤਾ ਲੰਬੀ ਹੁੰਦੀ ਹੈ, ਪਰ ਜਿਹੜਾ ਇਹ ਚਾਨਣਾ ਪਾਓ, ਸਿੱਖ ਕੌਣ ਹੈ? ਸਿੱਖ ਆ ਜਿਹੜਾ ਜਿਹੜਾ ਹਰ ਟਾਈਮ ਸਿੱਖਦਾ ਰਹੇ, ਸਿੱਖ ਉਹਨੂੰ ਕਹਿੰਦੇ ਨੇ। ਸਿੱਖ ਜ਼ਰੂਰੀ ਨਹੀਂ ਕਿ ਅਸੀਂ ਮਾੜੀ ਚੀਜ਼ ਸਿੱਖਣੀ ਆ, ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਨੇ ਉਹਨਾਂ ਨੇ ਸਾਨੂੰ ਇੱਕ ਕੋਈ ਵੀ ਚੀਜ਼ ਸਿਖਾਈ ਆ, ਅਸੀਂ ਉਹਨੂੰ ਗ੍ਰਹਿਣ ਕੀਤਾ ਵਾ। ਜਿਹੜਾ ਕਿਸੇ ਵੀ ਚੀਜ਼ ਤੋਂ ਆਪਾਂ ਉਹਨੂੰ ਅਸੈਪਟ ਕਰੀਏ ਕਿ ਮਾੜੇ ਚੀਜ਼ਾਂ ਨੂੰ ਛੱਡ ਕੇ ਚੰਗੀਆਂ ਚੀਜ਼ਾਂ ਅਸੈਪਟ ਕਰੀਏ, ਸਿੱਖ ਉਹ ਆ, ਉਹ ਚੀਜ਼ ਸਿੱਖਦਾ ਜਿਹੜਾ ਕਿ ਕਿਸੇ 'ਤੇ ਜ਼ਬਰ ਜ਼ੁਲਮ ਹੁੰਦਾ ਨਾ ਦੇਖ ਸਕੇ, ਉਹ ਸਿੱਖ ਆ। ਕਿਸੇ ਦੀ ਧੀ ਭੈਣ ਨੂੰ ਮਾੜੀ ਅੱਖ ਨਾਲ ਨਾ ਦੇਖੇ, ਉਹ ਸਿੱਖ ਆ। ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਪੂਰਾ ਉਤਰੇ, ਉਹ ਸਿੱਖ ਆ। ਮਾੜੇ ਕੰਮਾਂ ਨੂੰ ਹੱਥ ਨਾ ਪਾਵੇ, ਉਹ ਸਿੱਖ ਆ। ਸਿੱਖ ਦੀ ਪਰਿਭਾਸ਼ਾ ਵਾ ਜਿਹੜੀ ਬਹੁਤ ਲੰਬੀ ਹੋ ਜਾਂਦੀ ਆ, ਮੈਂ ਸਿਰਫ ਸ਼ੋਰਟ ਦੇ ਵਿੱਚ ਇੰਨੀਆਂ ਚੀਜ਼ਾਂ ਕਹੂੰਗਾ ਕਿ ਜਿਹੜਾ ਰੋਜ਼ਾਨਾ ਸਿੱਖਦਾ, ਠੀਕ ਆ ਜੀ, ਸੱਚਾਈ ਦੇ ਉੱਤੇ ਪਹਿਰਾ ਦਿੰਦਾ, ਉਹ ਸਿੱਖ ਆ। ਜਿਹੜਾ ਇਹ ਚੀਜ਼ਾਂ ਤੋਂ ਚਾਹੇ ਜਿਹੜਾ ਇਹ ਚੀਜ਼ਾਂ ਨੂੰ ਕਰਦਾ ਵਾ,
इन्हों ग्रहण नहीं करता वा, गुरु साहब की सिक्ख्या ग्रहण नहीं करता, किसी की धी भैन से गलत अखा रखता वा, वो जिदा मर्जी आपका धर्म के आपू गात्रा पा के मिल जाए जी, सू दाढ़ी केस रख के मिल जाए, वह सिख नहीं है। साढ़े निगाह के साढ़े गुरु साहब ने जो सू सिखाया उ सही है, उही सच है। सिटी लाइव चैनल के जरिए अंत दे विच इक सुनेहा दिओ, पंज ककारां नूं पा के खुद नूं सिख दसन वाले धर्मी लोग गुरु साहिबान दे दिखाए गए मार्गां ते चलन की जगह अपने आप नूं सिख धर्म के ठेकेदार बना के चल रहे ने, उन्हां नूं जगाउण दे लिए ते जिहड़े साडे सिख वीर जो सवेरे शाम धन श्री गुरु ग्रंथ साहब जी नूं जाके नतमस्तक हुंदे ने, उन्हां दे दिखाए हुए पूर्णियां ते चलदे ने, ते कदे वी ओह कुछ नहीं करदे जो कई वारी पंज ककारी लोक कर जांदे ने, उन्हां दे लई इक सुनेहा। देखो गुरु साहब ने सानू पंज जदों ककार बख्शे सी ना जी, उदों समें दी बहुत लोड़ सी, सानू कड़ा दिता कि किसे वी असीं माड़ी चीज़ नूं हथ पावांगे, मान लो किसी की धी भैन होया कोई रिश्वत लईए तो वह सानू दिखे साढ़े गुरु साहब की निशानी आ कड़ा कि हाँ यार तू ये गलत कर रहे हैं, सानू कंघा दिता साढ़े केसा नू सवारन दे लई दिता कि इहदी सांभ संभाल करनी आ, जिहड़ा केसाधारी आ वह जिहड़ा साडा भगवान का रूप दस्या गया वा वह केसाधारी दस्या गया गुरबाणी दे विच, सानू उस रूप दे विच सानू कशहरा दिता उहदा भी मतलब आ जस साधी निशानी आ, इह जिहड़ियां सानू कृपान दित्ती गुरु साहब ने, जे अज के समय से गुरु गोबिंद सिंह जी होंदे तां उह कृपान की जगह पर पिस्टल भी कहिंदे, क्योंकि उस जगह समा सीगा उस टाइम वह कृपाना का समा सीगा, वह नेजे भालियां का समा सीगा, ते गुरु साहब ने किसी भी महिला की रख्या लई किसी भी जबर जुलम के विरुद्ध डटन के लिए सानू उस टाइम कृपान दित्ती, अपनी आत्म रख्या लई भी कृपान दित्ती, पर असी वह चीज़ों नू हुण अज नवे तरीके वरत दिंदे आ। जे तुसीं गल करिए किसान एजीटेशन की, उत्थे वो बंदे ने बेअदबी की भी है नहीं की, वो चक के मारता जी, उहदी कोई प्रूफ नहीं हैगा। इत्थे एक दो इंसीडेंट होए ने साडे कपूरथले कोले गुरद्वारा साहब सी, उत्थे बंदा अंदर रोटी खाण गया वा, उहने चोरी उन्होंने उत्थे मारता, मतलब ये चीज़ां सानू सिक्का उहनू बदनाम करदियां ने। ते साढ़े बहुत सारे जिहड़े कौम दे जथेदार ने, मैं जथेदार ठोक के कहूँगा भी जिहड़े कौम दे साढ़े जथेदार ने, चाहे वह पहलों वाले श्रोमणी कमेटी के प्रधान होण, उन्होंने किन्ना रुपया इकट्ठा किया, उन्होंने पुत्र शराबा पी पी के मर गए, ठीक है जी, वो सिक्खी कित्थे रह गई? सिक्खी सिर्फ भेस दे विच नहीं हैगी, सिक्खी थोड़े अंदर होनी चाहिए है, सिक्खी थोड़े भेस जरूर धारण करना चाहिए, सानू गुरु साहब ने कहा वा कि भेस आ भी धारण करो, क्योंकि वो दिखना चाहिए कि यह सरूप आ जिहड़ा ये सिख का सरूप आ साडे दा, मेरे गुरु के सिख का सरूप आ, पर जदों उहदे अंदर बैठ के उस सरूप के विच तुसीं ये गलत काम करदे हो, कोई रिश्वत लैंदा कौन छड्दा जी रिश्वत, किहड़ा गुरु साहब उत्थे कितें गुरद्वारिआं दे विच साडे लड़ाइयां ने जी, गुरद्वारा साहब आपदे नाम तक लवा लैंदे ने, गुरद्वारा साहब दीआं प्रॉपर्टियां जमीनां दब्बी बैठे ने सारे गुरु घरां ते कब्जे ने इन्हां दे, जिन्ने गलत सिख कौम काम कर रही आ मेरे ख्याल च दूजिया कौमें घट गई होनी, कहते हो कोई नहीं इन्हों ठेका देता असी, तो जिन्ना जात पात साढ़े सिखा दे विच आ, आता मैं धन्यवाद करदा कि साढ़े गुरु साहब दियां तक ये गल्लां ही भुल गए कि जात पात गुरु साहब ने इगनोर किया कि जात पात नहीं मननी, आता आइलैट्स होने लग गई तो साढ़े जातों पातों को थोड़ा जहा भुलन लगे ने, जे आइलैट्स ना होंगी तो इन्होंने जातिवाद इन्ना बधाया होया कि साढ़े पिंड के मेरे खुद के पिंड चार गुरद्वारा साहब ने, एससी भाईचारे का गुरद्वारा साहब वखरा वा, एससी भाईचारे वाले साढ़े जनरल गुरद्वारा साहब वाले जिहड़े जट्टां दे गुरद्वारा साहब ने वो महाराज के सरूप नहीं दिंदे हैगे, महाराज आपके घर लैके आउण नूं इह महाराज के सरूपां नूं इह किताब समझी बैठे ने जी, एक ये साढ़े सिखां दी सोच बदल गई गुरु प्रति, साडा जिहड़ा सिख आ वह गुरु दी गुरु दा गुरु नूं मंनदा गुरु दी नहीं मंनदा, गुरु नूं गुरु ग्रंथ साहब नूं गुरु मंनदा वा पर गुरु की जिहड़ी गुरु की सिक्ख्या वा उहनूं नहीं मंनदा हैगा, उहनूं भुल चुकिया साढ़े गुरु साहब दीआं जिहड़ियां कुरबानियां ने उहनां नूं भुल चुकिया वा, उहनां दी सिक्ख्यावां नूं भुल चुकिया वा, ते साडी सिख कौम दे मूहरे आगू ने जिहड़े, चाहे उह कोई भी ला लो जी, चाहे किसी पोलीटिकल लीडर नूं ला लो, उह भी सिख आ ते उह एडे एडे गलत काम करदे ने, जे हुण बरगाड़ी गोली चलाई आ ते गोली चलवाउण वाले ते चलाउण वाले वह कौन सीगे, वह साढ़े पंजाबी सीगे, उन्हां च वी सिख ही सीगे जी, ते मतलब काफ़ी कुछ तो बदल चुके पंजाब दे विच, इह जिहड़े गुरु साहब ने जिहड़े सानू ककारता दित्ते सी सानू एक बंधन दे विच रखण लई कि बई इह बंधन च रहणगे तां इहनां वर्गा कोई दुनिया ते बंदा नहीं होगा, कोई कौम नहीं होगी, पर असीं उह ककारां दी दुरवरतों करदे होए इह सारे गलत काम करदे आ। किहड़ा वा जिहड़ा खालसा चीफ दीवान वाला उत्थे वीडियो आईआं सीगीआं मुखी महाराज उहदी हुण डैथ हो चुकी आ, वो उत्थे लेडीज़ नाल फड़िया गया जी, सुचा सिंह लंगाह लेडीज़ नाल वीडियो आ गई, इत्थे साढ़े जे सिख मनीए तां सिक्खी चेहरा साढ़े बैंस दा उहदे ते बलात्कार दा परचा वह अंदर गया होया वा,
ਤੇ ਸ਼ੇਰ ਸਿੰਘ ਘੁਬਾਇਆ ਸਾਡੇ ਉਹ ਵੀ ਦਾੜੀ ਕੇਸ ਰੱਖੇ ਹੋਏ ਨੇ ਇਹ ਕੀ ਗੱਲ ਇਹ ਸੁੱਚਾ ਸਿੰਘ ਲੰਗਾਹ ਦੇ ਕਿਹੜਾ ਗਾਤਰੇ ਕਿਰਪਾਨ ਨਹੀਂ ਸੀ ਪਾਈ ਹੋਈ ਕਸ਼ਹਿਰਾ ਨਹੀਂ ਸੀ ਪਾਇਆ ਹੋਇਆ ਮਤਲਬ ਸੀ ਤਾਂ ਸਿੱਖ ਹੀ ਨੇ ਨਾ ਇਹ ਅਤੇ ਹਰਕਤਾਂ ਇਹ ਕਿਹੋ ਜਿਹੀਆਂ ਕਰਦੇ ਨੇ ਸਾਡੇ ਪਿੰਡ ਦਾ ਸਰਪੰਚ ਆ ਇਹ ਟਰੱਸਟੀ ਆ ਜੀ ਐਨੀ ਕਾਲਜ ਦਾ ਸ਼੍ਰੋਮਣੀ ਕਮੇਟੀ ਨੇ ਟਰੱਸਟੀ ਲਿਆ ਹੋਇਆ ਸਾਬਕਾ ਸਰਪੰਚ ਸੀਗਾ ਬਲਜੀਤ ਸਿੰਘ ਉਹਦੇ 'ਤੇ ਵੀ ਰੇਪ ਦਾ ਚਾਰਜ ਆ ਜੀ ਉਹਨੇ ਵੀ ਇੱਥੇ ਪ੍ਰਿੰਸੀ ਇੱਥੇ ਸੀਗੀ ਸਾਡੇ ਸਕੂਲ ਦੀ ਟੀਚਰ ਸੀਗੀ ਉਹਦੇ ਨਾਲ ਉਹਦਾ ਰੇਪ ਦਾ ਉਹਦੇ 'ਤੇ ਚਾਰਜ ਲੱਗਿਆ ਹੋਇਆ ਵਾ ਮੁਕੱਦਮਾ ਚੱਲਦਾ ਵਾ ਇਹ ਕੀ ਇਹਨਾਂ ਦੇ ਇਹ ਚਿਹਰੇ ਨੇ ਹਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਘਿਰਣਾ ਕਰਦੀ ਆ ਅਤੇ ਸਾਡਾ ਜਿਹੜਾ ਅਕਸ ਆ ਡੇ ਬਾਏ ਡੇ ਫਿਰ ਸਾਡਾ ਅਕਸ ਕਿੱਦਾਂ ਖਰਾਬ ਹੋ ਰਿਹਾ ਵਾ ਜੀ ਜੇ ਬਾਹਰਲੇ ਮੁਲਕਾਂ ਜਿਸਦੋਂ 9/11 ਦਾ ਅਟੈਕ ਹੋਇਆ ਅਮਰੀਕਾ 'ਤੇ ਅਤੇ ਉਸ ਟਾਈਮ ਜਿਹੜੀ ਲਦੇਨ ਦੀ ਸ਼ਕਲ ਸੀ ਸਾਡੇ ਸਿੱਖਾਂ ਨਾਲ ਮਿਲਦੀ ਸੀ ਉਹਦੀ ਪਗੜੀ ਧਾਰੀ ਕਰਕੇ ਉੱਥੇ ਸਾਨੂੰ ਦੱਸਣਾ ਪਿਆ ਕਿ ਅਸੀਂ ਸਿੱਖ ਹੋਰਾਂ ਅਸੀਂ ਲੰਗਰ ਲਾਏ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਉੱਥੇ ਸਾਨੂੰ ਦੱਸਣਾ ਪਿਆ ਅਸੀਂ ਆਹ ਸਿੱਖ ਹਾਂ ਅਤੇ ਪਰ ਜਦੋਂ ਕੋਈ ਇਹੋ ਜਿਹਾ ਕ੍ਰਾਈਮ ਹੁੰਦਾ ਵਾ ਸਾਡੇ ਪੰਜਾਬੀਆਂ 'ਤੇ ਸਿੱਖਾਂ 'ਤੇ ਤਾਂ ਉਹ ਸਾਡੀ ਬਦਨਾਮੀ ਬਹੁਤ ਹੁੰਦੀ ਆ ਅਤੇ ਸਾਡਾ ਜਿਹੜਾ ਚਿਹਰਾ ਜਦੋਂ ਕਿਸੇ ਲੋਕਾਂ ਨੂੰ ਅਸੀਂ ਸਹੀ ਚਿਹਰਾ ਦਿਖਾਉਣਾ ਵਾ ਉਹ ਸਾਡਾ ਗਲਤ ਚਿਹਰਾ ਦਿਖਾਇਆ ਜਾਂਦਾ ਸਿਟੀ ਲਾਈਵ ਦੇ ਦਰਸ਼ਕ ਵੀ ਸੋਚਦੇ ਹੋਣਗੇ ਕਿ ਵੀਡੀਓ ਦੇ ਵਿੱਚ ਗੱਲਬਾਤ ਜ਼ਿਆਦਾ ਲੰਬੀ ਹੋ ਗਈ ਹੈ ਪਰ ਅੰਤ ਦੇ ਵਿੱਚ ਇੱਕ ਸਵਾਲ ਹੋਰ ਕਿਉਂਕਿ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਸਵਾਲ ਨਿਕਲ ਰਹੇ ਨੇ ਆਪਾਂ ਜੇਕਰ ਗੱਲ ਕਰੀ ਹਥਿਆਰਾਂ ਦੀ ਤਾਂ ਸਾਡੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬੀਓ ਸਿੱਖ ਵੀਰੋ ਆਪਣੇ ਕੋਲ ਹਥਿਆਰ ਰੱਖੋ ਇਸ ਬਿਆਨ ਨੂੰ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਜਥੇਦਾਰ ਸਾਹਿਬ ਨੇ ਤਾਂ ਹੁਣ ਬਿਆਨ ਦਿੱਤਾ ਜੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬਹੁਤ ਸਾਲ ਪਹਿਲਾਂ ਇਹ ਜਦੋਂ ਸਾਡੇ ਵਿਸਾਖੀ ਨੂੰ 1699 ਈਸਵੀ 'ਚ ਵਿਸਾਖੀ ਦੇ ਸਾਡਾ ਖਾਲਸੇ ਪੰਥ ਦੀ ਸਥਾਪਨਾ ਕੀਤੀ ਆ ਸਾਨੂੰ ਉਦੋਂ ਕਹਿਤਾ ਸੀਗਾ ਕਿ ਕਿਰਪਾਨ ਆਪਣੇ ਕੋਲ ਰੱਖੋ ਸਾਨੂੰ ਇੱਕ ਕਕਾਰਾਂ ਦੇ ਵਿੱਚ ਕਿਰਪਾਨ ਬਖਸ਼ੀ ਸੀ ਉਸ ਸਮੇਂ ਦੇ ਹਿਸਾਬ ਨਾਲ ਉਸ ਟਾਈਮ ਉਹ ਸਮਾਂ ਕਿਰਪਾਨਾਂ ਗੰਡਾਸਿਆਂ ਦਾ ਸੀ ਨੇਜਿਆਂ ਦਾ ਸੀ ਭਾਲਿਆਂ ਦਾ ਸੀ ਪਰ ਹੁਣ ਸਮਾਂ ਬਦਲ ਚੁੱਕਿਆ ਵਾ ਹੁਣ ਇਹ ਜਿਹੜਾ ਸਮਾਂ ਵਾ ਇਹ ਬੰਦੂਕਾਂ ਦਾ ਇੱਥੋਂ ਤੱਕ ਅਸਾਲਟਾਂ ਦਾ ਹੋ ਗਿਆ ਜੀ ਬੰਬਾਂ ਦੇ ਜਮਾਂ 'ਚ ਐਟਮ ਬੰਬਾਂ ਦੇ ਜਮਾਨੇ 'ਚ ਅਸੀਂ ਰਹਿੰਦੇ ਹਾਂ ਅਤੇ ਹਰੇਕ ਸਿੱਖ ਨੂੰ ਚਾਹੀਦਾ ਮੈਂ ਉਹਨਾਂ ਦੇ ਬਿਆਨ ਦੀ ਪੂਰੀ ਪ੍ਰੋੜਤਾ ਕਰਦਾ ਮੈਂ ਸਹਿਮਤੀ ਪ੍ਰਗਟ ਕਰਦਾ ਜਥੇਦਾਰ ਸਾਹਿਬ ਦੇ ਬਿਆਨ ਦੀ ਕਿਉਂਕਿ ਇੱਕ ਤਾਂ ਉਹ ਸਾਡੇ ਕੌਮ ਦੇ ਜਥੇਦਾਰ ਨੇ ਜਿਹੜਾ ਕੁਝ ਕਹਿਣਗੇ ਸਾਡੀ ਸਿੱਖ ਕੌਮ ਆ ਜਿਹੜੀ ਸਿੱਖ ਨੂੰ ਉਹਨੂੰ ਮੰਨਣਾ ਚਾਹੀਦਾ ਦੂਸਰੀ ਗੱਲ ਜਿਹੜੀ ਉਹਨਾਂ ਨੇ ਸਾਡੇ ਉਹਨਾਂ ਨੇ ਕੋਈ ਵੱਖਰੀ ਗੱਲ ਨਹੀਂ ਕਹੀ ਜਿਹੜਾ ਕੁਝ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਵਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਸਿੱਖਾਂ ਲਈ ਸਾਡੇ ਖਾਲਸੇ ਲਈ ਉਹੀ ਉਹਨਾਂ ਨੇ ਕਿਹਾ ਵਾ ਅਤੇ ਇਸ ਰੀਤ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਦੇ ਸਮੇਂ ਵਿੱਚ ਹਥਿਆਰ ਰੱਖੋ ਠੀਕ ਹੈ ਹੁਣ ਦੇ ਸਮੇਂ ਦੇ ਵਿੱਚ ਸਾਨੂੰ ਵੈਪਨਾਂ ਦੇ ਪਿਸਟਲਾਂ ਦੇ ਰਿਵਾਲਵਰਾਂ ਦੇ ਲਾਇਸੈਂਸ ਲੈਣੇ ਚਾਹੀਦੇ ਨੇ ਕਿਉਂਕਿ ਸਮਾਂ ਹੀ ਇਹੋ ਜਿਹਾ ਆ ਗਿਆ ਜੀ ਇੱਥੇ ਥਾਂ ਥਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਕਮ ਸੇ ਕਮ ਤੁਸੀਂ ਕਿਸੇ ਦੀ ਨਹੀਂ ਆਪਣੀ ਤਾਂ ਰੱਖਿਆ ਕਰ ਸਕੋਗੇ ਨਾ ਜੀ ਅਤੇ ਆਪਣੇ ਘਰ ਦੇ ਪਰਿਵਾਰ ਦੇ ਸਾਰੇ 6-7 ਜੀ ਹੁੰਦੇ ਨੇ ਉਹਨਾਂ ਦੀ ਰੱਖਿਆ ਤਾਂ ਕਰ ਸਕੋਗੇ ਇਸ ਕਰਕੇ ਹਥਿਆਰ ਹਰੇਕ ਘਰ 'ਚ ਜ਼ਰੂਰੀ ਹੋਣਾ ਚਾਹੀਦਾ ਮੈਂ ਇਹਦੀ ਜ਼ੋਰਦਾਰ ਪ੍ਰੋੜਤਾ ਕਰਦਾ ਆਪਣੇ ਸ਼ਬਦਾਂ ਦੇ ਵਿੱਚ ਕਿ ਜਥੇਦਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਹਥਿਆਰ ਸਾਡੀ ਇੱਕ ਬਾਡੀ ਦਾ ਜਿਹੜੇ ਮੋਬਾਈਲ ਜਿਵੇਂ ਅਸੀਂ ਰੱਖਦੇ ਹਾਂ ਕੋਲ ਉਹ ਵੀ ਹਿੱਸਾ ਹੋਣਾ ਚਾਹੀਦਾ ਵਾਰਤਾਲਾਪ ਲੰਬੀ ਹੁੰਦੀ ਜਾ ਰਹੀ ਹੈ ਅਤੇ ਮੁੱਦਿਆਂ ਵਿੱਚੋਂ ਮੁੱਦੇ ਬਹੁਤ ਨਿਕਲ ਰਹੇ ਨੇ ਪਰ ਦਰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸਿਟੀ ਲਾਈਵ ਚੈਨਲ ਦੀ ਟੀਮ ਨੇ ਅੱਜ ਇੱਕ ਫੈਸਲਾ ਕਿ ਲਿਆ ਕਿ ਹਰ ਮੁੱਦੇ ਦੇ ਉੱਤੇ ਤੁਹਾਨੂੰ ਰੂਬਰੂ ਕਰਵਾਇਆ ਕਰਾਂਗੇ ਹੌਸਲੇ ਬੁਲੰਦ ਰੱਖੇ ਹੋਏ ਨੌਜਵਾਨ ਸਰਦਾਰ ਹਰਪ੍ਰੀਤ ਸਿੰਘ ਮਿੱਕਾ ਜੀ ਦੇ ਨਾਲ ਜਿਨ੍ਹਾਂ ਦੇ ਨਾਲ ਆਪਾਂ ਮੁੱਦਿਆਂ ਦੇ ਉੱਤੇ ਬੈਠ ਕੇ ਚਰਚਾ ਕਰਿਆ ਕਰਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਸਰਪੰਚ ਹਰਪ੍ਰੀਤ ਸਿੰਘ ਮਿੱਕਾ ਨੇ ਜੋ ਸਮਾਜ ਸੇਵਾ ਨਹੀਂ ਇਸ ਨੂੰ ਕਿਹਾ ਜਾਂਦਾ ਕਿ ਧਰਮ ਦੀ ਸੇਵਾ ਦੇ ਲਈ ਸਿੱਖ ਧਰਮ ਦੇ ਅਗਾਂਹ ਵਧੂ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜੋ ਸੋਚਿਆ ਹੋਇਆ ਉਹ ਕਿੱਥੇ ਜਾ ਕੇ ਸਫਲ ਹੁੰਦੀ ਹੈ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।